ਸੁਰ ਸਾਗਰ ਟੈਲੀਵਿਜ਼ਨ ਦੇ ਸਾਰੇ ਹੀ ਦਰਸ਼ਕਾਂ ਨੂੰ ਰਵਿੰਦਰ ਸਿੰਘ ਪਨ ਵੱਲੋਂ ਸਤਿ ਸ਼੍ਰੀ ਅਕਾਲ ਅਤੇ ਨਾਲ ਮੇਰੇ ਅਰਵਿੰਦਰ ਕੰਗ ਜੀ ਹਨ। ਸੋ ਰਵਿੰਦਰ ਕੰਗ ਜੀ ਸਤਿ ਸਤਿ ਸ਼੍ਰੀ ਅਕਾਲ ਅਕਾਲ ਸਾਰੇ ਹਾਂਜੀ ਵੇਖ ਰਹੇ ਸਰੋਤਿਆਂ ਨੂੰ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਲਓ ਅਸੀਂ ਹਰ ਰੋਜ਼ 9 ਵਜੇ ਤੱਕ 8 ਤੋਂ 9 ਦੇ ਦੌਰਾਨ ਪ੍ਰੋਗਰਾਮ ਪੇਸ਼ ਕਰਦੇ ਹਾਂ, ਜਿਸ ਦੇ ਵਿੱਚ ਅਸੀਂ ਖਬਰਾਂ ਜਾਂ ਫਿਰ ਚੁਗਿਰਦੇ ਵਿੱਚ ਵਾਪਰ ਰਹੀਆਂ ਉਹਨਾਂ ਘਟਨਾਵਾਂ ਦਾ ਤੁਹਾਡੇ ਨਾਲ ਵਰਣਨ ਕਰਦੇ ਹਾਂ ਜਿਨ੍ਹਾਂ ਦਾ ਸਾਡੇ 'ਤੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਕੋਈ ਅਸਰ ਹੁੰਦਾ ਹੈ, ਅਤੇ ਨਾਲ ਦੀ ਨਾਲ ਅਸੀਂ ਟਾਈਮ ਟੂ ਟਾਈਮ ਗੈਸਟ ਵੀ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਹਾਂ ਜੀ। ਅਤੇ ਜੋ ਸਾਡੇ ਨਾਲ ਅੱਜ ਗੈਸਟ ਨੇ ਉਹ ਨੇ ਡਾਕਟਰ ਸੁਦਰਸ਼ਨ ਭਗਤ, ਜੋ ਇੱਕ ਪੈਥੋਲੋਜਿਸਟ ਨੇ, ਅਤੇ ਨਾਲ ਦੀ ਨਾਲ ਡਾਕਟਰ ਨਿਸ਼ਾ ਡੋਗਰਾ, ਜੋ ਇੱਕ ਮੋਲੀਕੁਲਰ ਜੈਨੇਟਿਸਟ ਨੇ, ਅਤੇ ਇਹ ਐਡਵਾਂਸਡ ਜੀਨੋਮਿਕਸ ਨੂੰ ਰਿਪ੍ਰੈਜੈਂਟ ਕਰਦੇ ਨੇ। ਇੱਥੇ ਇਹ ਇਹਨਾਂ ਦਾ ਇੱਕ ਵਰਕਿੰਗ ਸੈਂਟਰ ਹੈ। ਅਸੀਂ ਇਹਦੇ ਬਾਰੇ ਗੱਲ ਕਰਾਂਗੇ, ਐਡਵਾਂਸ ਜੀਨੋਮਿਕਸ ਕੀ ਕਰਦਾ ਹੈ ਅਤੇ ਜੀਨੋਮਿਕਸ ਕੀ ਹੈ। ਡਾਕਟਰ ਭਗਤ, ਡਾਕਟਰ ਡੋਗਰਾ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੁਣਨ ਵਾਲੇ ਜਿਹਨੇ ਸ਼ਰੋਤਾਂ ਨੂੰ ਜਿਹੜੇ ਦੇਖਦੇ ਪਏ ਨੇ ਦੂਰ ਦੂਰ ਦੇ ਵੀ, ਸਾਰਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਹਾਂਜੀ ਡਾਕਟਰ ਨਿਸ਼ਾ, ਅਸੀਂ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਸੋ ਜੇ ਅਸੀਂ ਕਹੀਏ ਕਿ ਜੀਨੋਮਿਕਸ ਜੋ ਹੈ, ਇਹ ਜੀਨੋਮਿਕਸ ਕੀ ਹੈ, ਜੇ ਲੇਮਨ ਟਰਮਸ ਦੇ ਵਿੱਚ ਅਸੀਂ ਗੱਲ ਕਰਨੀ ਹੋਵੇ ਜੀ। ਅਰਵਿੰਦਰ ਜੀ, ਸਭ ਤੋਂ ਪਹਿਲੇ ਤਾਂ ਮੈਂ ਜੀਨੋਮਿਕਸ ਹੈ, ਇਹਨੂੰ ਕਹਿੰਦੇ ਸਾਇੰਸ ਆਫ ਜੀਨਸ। ਜੀਨਸ ਜਿਹੜੇ ਨੇ ਉਹ ਕੀ ਹੁੰਦੇ ਨੇ, ਸਾਡੀ ਬੋਡੀ ਦੇ ਅੰਦਰ ਹੀ ਹੁੰਦੇ ਨੇ। ਅਗਰ ਅਸੀਂ ਬਿਲਕੁਲ ਦੇਸੀ ਭਾਸ਼ਾ 'ਚ ਕਹੀਏ ਤਾਂ ਜੀਨਸ ਨੇ ਸਾਡੇ ਜੜ੍ਹਾਂ ਨੇ, ਹੈ ਨਾ, ਜਿੱਥੋਂ ਸਾਡੀ ਲਾਈਫ ਸਟਾਰਟ ਹੋਈ ਹੈ। ਜਿਸ ਤਰ੍ਹਾਂ ਵੀ ਜਿਸਲੇ ਹਿਊਮਨ ਐਵੋਲਿਊਸ਼ਨ ਹੋਈ ਹੈ ਐਦਮ ਐਂਡ ਈਵ ਦੇ ਉੱਤੇ, ਅਤੇ ਜਿਹੜੇ ਅੰਦਰ ਸਾਡੀ ਬੋਡੀ ਦੇ ਵਿੱਚ ਹਿਊਮਨ ਬੀਂਗਸ ਬਣੇ ਆ, ਅਤੇ ਸਾਡੇ ਅੰਦਰ ਜੀਨਸ ਸੀ, ਸੈਲਸ ਹੁੰਦੇ ਨੇ ਸਾਡੀ ਬੋਡੀ ਦੇ, ਸੈਲਸ ਦੇ ਅੰਦਰ ਜੀਨਸ ਹੁੰਦੇ ਨੇ। ਔਰ ਜੀਨਸ ਕੀ ਕਰਦੇ ਨੇ, ਕੀ ਕਿਉਂ ਇੰਪੋਰਟੈਂਟ ਨੇ, ਔਰ ਇਹਨਾਂ ਦਾ ਕੀ ਰੋਲ ਹੈ, ਵਾਈ ਦੇ ਆਰ ਸੋ ਸਿਗਨੀਫਿਕੈਂਟ, ਔਰ ਜਿਹੜਾ ਕਿ ਹਾਲੀ ਤੱਕ ਪਤਾ ਨਹੀਂ ਸੀ ਇਹਦਾ ਅਤੇ ਹੁਣ ਇੰਨਾ ਕਿਉਂ ਇਹਦਾ ਨਾਂ ਹੋ ਗਿਆ। ਬੇਸਿਕਲੀ ਹੁੰਦਾ ਕਿ ਜਦੋਂ ਲਾਈਫ ਸਟਾਰਟ ਹੁੰਦੀ ਹੈ, ਉਹ ਇੱਕ ਸੈੱਲ ਮਦਰ ਦੀ ਸਾਈਡ ਦਾ ਔਰ ਇੱਕ ਸੈੱਲ ਫਾਦਰ ਦੀ ਸਾਈਡ ਦਾ ਫਰਟੀਲਾਈਜ਼ ਹੋ ਕੇ ਸਾਡੀ ਇੱਕ ਯੂਨੀਕ ਬੋਡੀ ਬਣਦੀ ਹੈ। ਸੋ ਦੈਟ ਇਜ਼ ਦਾ ਰੀਜ਼ਨ ਵੀ ਆਰ ਯੂਨੀਕ ਇਨ ਦਿਸ ਵਰਲਡ। ਅਤੇ ਉਹ ਜਿਹੜੇ ਟ੍ਰਾਂਸਫਰ ਹੁੰਦੇ ਨੇ ਸੈੱਲਸ ਦੇ ਅੰਦਰ, ਇੱਕ ਸੈੱਲ ਦੂਜੇ ਸੈੱਲ ਦੇ ਨਾਲ ਫਰਟੀਲਾਈਜ਼ ਹੋ ਕੇ ਜਿਹੜੇ ਚੀਜ਼ਾਂ ਟ੍ਰਾਂਸਫਰ ਹੁੰਦੀਆਂ ਨੇ, ਉਹ ਹੁੰਦੇ ਨੇ DNA ਕਹਿੰਦੇ ਆ, ਅਤੇ DNA ਦੇ ਵਿੱਚ ਜੀਨਸ ਹੁੰਦੇ ਨੇ। ਅਗਰ ਅਸੀਂ ਕਵੋ ਕਿ DNA ਅਤੇ ਜੀਨਸ 'ਚ ਕੀ ਫਰਕ ਹੈ, DNA ਹੋ ਗਿਆ ਇੱਕ ਕਿਸਮ ਦੀ ਜਿਸ ਤਰ੍ਹਾਂ ਮਾਲਾ ਆ, ਅਤੇ ਜੀਨਸ ਹੋ ਗਏ ਉਹਦੇ ਮਣਕੇ ਨੇ, ਅਤੇ ਇਸ ਤਰ੍ਹਾਂ ਹੁੰਦੇ ਨੇ। ਪਰ ਇੱਕ ਇੱਕ ਯੂਨਿਟ ਹੁੰਦੀ ਹੈ, ਉਹਨਾਂ ਦਾ ਹਰ ਇੱਕ ਦਾ ਇੱਕ ਇੱਕ ਰੋਲ ਹੁੰਦਾ, ਕੰਮ ਹੁੰਦਾ ਕਰਨ ਵਾਸਤੇ। ਔਰ ਕੰਮ ਕੀ ਕਰਦੇ ਨੇ, ਅਗਰ ਮੈਂ ਲਾਰਜ ਸਕੇਲ 'ਚ ਦੱਸਾਂ ਕਿ ਉਹਨਾਂ ਦਾ ਫੰਕਸ਼ਨ ਕੀ ਹੈ, ਕੰਪੈਰੇਟਿਵਲੀ ਇਸ ਤਰ੍ਹਾਂ ਹੀ ਹੁੰਦਾ ਕਿ ਜਿਸ ਤਰ੍ਹਾਂ ਅਸੀਂ ਇੱਕ ਸੈੱਲ ਨੂੰ, ਅਸੀਂ ਇੱਕ ਤਾਂ ਹੁੰਦਾ ਕਿ ਉਹ ਦਿਖਾਈ ਵੀ ਨਹੀਂ ਦਿੰਦੇ, ਲੇਕਿਨ ਅੰਦਰੋਂ ਬਹੁਤ ਸਾਰਾ ਕੰਮ ਕਰਦੇ ਨੇ। ਇਸ ਤਰ੍ਹਾਂ ਹੀ ਕਰਦੇ ਨੇ ਕਿ ਜਿਸ ਤਰ੍ਹਾਂ ਅਸੀਂ ਇੱਕ ਸੈੱਲ ਨੂੰ ਇੱਕ ਕੰਟਰੀ ਸੋਚੀਏ, ਅਤੇ ਕੰਟਰੀ ਹੁੰਦੀ ਆ, ਉਹਦੇ ਵਿੱਚ ਇੱਕ ਟੈਰੀਟਰੀ ਹੁੰਦੀ ਹੈ ਅਲੱਗ ਅਲੱਗ, ਉਹਦੇ ਵਿੱਚ ਇੱਕ ਤੁਹਾਡੀ ਰਾਜਧਾਨੀ ਹੁੰਦੀ ਹੈ, ਉਹਦੇ ਵਿੱਚ ਮਿਨਿਸਟਰਸ ਹੁੰਦੇ ਨੇ, ਸਾਰੇ ਆਪਣੀਆਂ ਰੂਲਸ ਰੈਗੂਲੇਸ਼ਨਸ ਹੁੰਦੇ ਨੇ, ਇਨਫੋਰਮੇਸ਼ਨ ਪਾਸ ਆਨ ਕਰਦੇ ਨੇ, ਔਰ ਸਾਰੀ ਕੰਟਰੀ ਰੂਲ ਕਰਦੀ ਹੈ ਨਾ, ਚੱਲਦੀ ਹੈ। ਇਸ ਤਰ੍ਹਾਂ ਹੀ ਸਾਡੀ ਜਿਹੜੀ ਸੈੱਲ ਦਾ ਬੋਡੀ ਦਾ ਇੱਕ ਸੈੱਲ ਇੱਕ ਕੰਟਰੀ ਦੇ ਮੁਆਫਿਕ ਹੁੰਦਾ, ਉਹਦੇ ਅੰਦਰ ਨਿਊਕਲੀਅਸ ਹੁੰਦਾ, ਨਿਊਕਲੀਅਸ ਦੇ ਅੰਦਰ DNA ਹੁੰਦਾ, ਉਹਦੇ DNA ਗਰੁੱਪ ਆਫ ਹੁੰਦੇ ਜਿਹਨੂੰ ਅਸੀਂ ਕ੍ਰੋਮੋਸੋਮਸ ਕਹਿੰਦੇ ਹਾਂ, ਅਤੇ 23 ਪੇਅਰਸ ਆਫ ਕ੍ਰੋਮੋਸੋਮਸ ਨੇ, ਉਹਨਾਂ ਵਿੱਚ 22 ਨਾਰਮਲ ਕ੍ਰੋਮੋਸੋਮਸ ਹੁੰਦੇ, 1 ਜਿਹੜੇ ਸੈਕਸ ਕ੍ਰੋਮੋਸੋਮਸ ਹੁੰਦੇ ਨੇ, ਐਕਸ ਐਂਡ ਵਾਈ। ਸੋ ਇਹ ਇੱਕ ਸੈੱਲ ਦੀ ਡੈਫੀਨੇਸ਼ਨ ਹੈ, ਔਰ ਸਾਰੀ ਬੋਡੀ ਜਿਹੜੀ ਹੈ 100 ਟ੍ਰਿਲੀਅਨ ਸੈੱਲਸ ਦੀ ਬਣੀ ਹੈ। ਸੋ ਸੋਚੋ ਕਿ ਕਿੰਨੇ ਸੈੱਲਸ ਨੇ, ਔਰ ਹਰ ਇੱਕ ਸੈੱਲ ਆਪਣੀ ਆਪਣੀ ਜਗ੍ਹਾ 'ਤੇ ਕੰਮ ਕਰਦਾ ਪਿਆ। ਫੋਰ ਐਗਜ਼ਾਮਪਲ ਬ੍ਰੇਨ ਸੈੱਲਸ ਬ੍ਰੇਨ ਦਾ ਕੰਮ ਕਰਦੇ ਨੇ, ਹਾਰਟ ਦੇ ਸੈੱਲਸ ਹਾਰਟ ਦਾ ਕੰਮ ਕਰਦੇ ਨੇ, ਇਸ ਤਰ੍ਹਾਂ ਹੀ ਲੀਵਰ ਦੇ ਸੈੱਲ ਲੀਵਰ ਦਾ ਕੰਮ ਕਰਦੇ। ਲੇਕਿਨ ਜਿਹੜੀ ਸ਼ੁਰੂਆਤ ਹੋਈ ਸੀ ਇੱਕ ਸੈੱਲ ਮਦਰ ਦਾ ਅਤੇ ਇੱਕ ਸੈੱਲ ਫਾਦਰ ਦਾ, ਸੋਚੋ ਇੱਕ ਸੈੱਲ 'ਚ ਕਿੰਨੀ ਤਾਕਤ ਹੈ ਜਿਹਦੇ ਨਾਲ ਕਿ ਪੂਰੀ ਬੋਡੀ ਬਣ ਜਾਂਦੀ ਹੈ। ਸੋ ਉਹ ਕਿਸ ਤਰ੍ਹਾਂ ਕੰਮ ਕਰ ਕਰਕੇ ਆਹਿਸਤਾ ਆਹਿਸਤਾ ਡਿਵਾਈਡ ਹੋ ਕੇ, ਮਤਲਬ ਮਲਟੀਪਲੀਕੇਸ਼ਨ ਹੋ ਕੇ, ਉਹਦੇ ਫਿਰ ਅਲੱਗ ਅਲੱਗ ਅੰਗ ਬਣਦੇ ਨੇ ਬੱਚੇ ਦੇ। ਜਿਸਲੇ ਤੁਸੀਂ ਦੇਖੋ, ਜਦ 9 ਸਾਲ ਮਦਰ ਦੇ ਵਾਮ 'ਚ ਰਹਿੰਦਾ ਹੈ, ਅਤੇ ਉਹਦੇ ਵਿੱਚ ਉਹਦੇ ਅੰਗ ਬਣਦੇ ਨੇ ਅਲੱਗ ਅਲੱਗ, ਉਹ ਉਹਨਾਂ ਸੈੱਲ ਵਿੱਚ ਹੀ ਡਿਵਾਈਡ ਹੋ ਕੇ ਤੁਹਾਡੇ ਹੱਥ ਪੈਰ ਬਣਦੇ ਨੇ, ਬ੍ਰੇਨ ਬਣਦਾ, ਲੀਵਰ, ਕਿਡਨੀ, ਸਾਰੇ ਆਰਗਨ। ਸੋ ਉਹ ਸਾਰੇ ਮਲਟੀਪਲਾਈ ਹੋ ਕੇ ਸਾਡੀ ਬੋਡੀ ਬਣਦੀ ਹੈ, ਉਸਲੇ ਹੀ ਜੀਨੈਟਿਕਲੀ ਹੀ ਡਿਸਾਈਡ ਹੋ ਜਾਂਦਾ ਕਿ ਸਾਡੀ ਲਾਈਫ ਕਿੱਦਾਂ ਦੀ ਰਹਿਣੀ ਹੈ। ਸ਼ੁਰੂਆਤ ਅਗਰ ਦੇਖਿਆ ਜਾਏ ਤੇ ਜਿਸਲੇ ਅਸੀਂ ਮਦਰ ਸਾਈਡ ਦਾ ਕਹੋ ਕਿ ਨਾਨਕੇ ਸਾਈਡ ਦਾ, ਔਰ ਫਾਦਰ ਸਾਈਡ ਦਾ ਕਿ ਦਾਦਕੇ ਸਾਈਡ ਦਾ,
ਉਹਨਾਂ ਦੇ ਜਿਹੜੇ ਜਿਹੜੇ ਚੰਗੇ ਕਰੈਕਟਰਸ ਹੁੰਦੇ ਨੇ ਉਹ ਵੀ ਤੇ ਨਾਲ ਨਾਲ ਜਿਹੜੇ ਬਿਮਾਰੀਆਂ ਵਾਲੇ ਵੀ ਤੇ ਜਿੱਤੋਂ ਅਸੀਂ ਕਰੈਕਟਰਸ ਕਹਿ ਰਹੇ ਹਾਂ ਅਸੀਂ ਕਹਿ ਰਹੇ ਹਾਂ ਕਿ ਕਿਸ ਦਾ ਜੇ ਵਾਲਾਂ ਦਾ ਰੰਗ ਹੈ ਅੱਖਾਂ ਦਾ ਰੰਗ ਹੈ ਇਹ ਸਾਰੀਆਂ ਚੀਜ਼ਾਂ ਕਹਿ ਸਕਦੇ ਹਾਂ ਤੁਸੀਂ ਦੇਖਿਆ ਹੈਗਾ ਤੁਸੀਂ ਬੜੇ ਸਾਰੇ ਤੁਸੀਂ ਫਾਦਰ ਨਾਲ ਸ਼ਕਲ ਮਿਲਦੀ ਹੈ ਮਦਰ ਨਾਲ ਸ਼ਕਲ ਮਿਲਦੀ ਹੈ ਮਤਲਬ ਜੇ ਅਗਰ ਅਗਰ ਫਿਜ਼ੀਕਲੀ ਦੇਖਿਆ ਜਾਏ ਕੋਈ ਕਹਿੰਦਾ ਇਹਦੇ ਨੈਣ ਨਕਸ਼ ਜਿਹੜੇ ਨੇ ਉਹ ਬੂਆ ਤੇ ਗਏ ਨੇ ਕੋਈ ਕਹਿੰਦਾ ਇਹ ਇਹਦਾ ਕੱਦ ਕਾਠੀ ਚਾਚੇ ਤੇ ਗਿਆ ਕੋਈ ਕਹਿੰਦਾ ਦਾਦੇ ਤੇ ਹੈ ਨਾ ਸੋ ਵੀ ਰਿਲੇਟ ਵਿਦ ਦਾ ਫੈਮਿਲੀ ਮੈਂਬਰਸ ਸੋ ਜੀ ਅਸੀਂ ਇਹ ਕਹਿ ਲਈਏ ਡਾਕਟਰ ਨਿਸ਼ਾ ਕਿ ਜਿਹੜਾ ਆਪਣਾ ਡੀਐਨਏ ਜਾਂ ਜੀਨਸ ਨੇ ਉਹ ਸਾਡੇ ਬਣਨ ਦਾ ਸਾਡੇ ਸਾਡੀ ਬਣਾਵਟ ਦਾ ਇੱਕ ਫਾਰਮੂਲਾ ਨੇ ਦਾਜ ਦੇਣਾ ਜਾਂ ਇਹ ਦੇਣਾ ਇਹ ਇਹ ਇੱਕ ਵਿਰਾਸਤ ਸਾਨੂੰ ਹਰ ਇੱਕ ਬੱਚੇ ਨੂੰ ਚਾਹੇ ਲੇਡੀ ਹੈ ਚਾਹੇ ਜੈਂਟਸ ਨੇ ਉਹਨਾਂ ਨੂੰ ਆਪਣੇ ਪੇਰੈਂਟਸ ਕੋਲੋਂ ਇਹ ਵਿਰਾਸਤ ਚ ਮਿਲੇ ਹਾਂਜੀ ਡਾਕਟਰ ਭਗਤ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਡਾਕਟਰ ਨਿਸ਼ਾ ਜੀ ਨੇ ਦੱਸਿਆ ਕਿ ਆਪਾਂ ਨੂੰ ਜੋ ਵੀ ਵਿਰਾਸਤ 'ਚੋਂ ਮਿਲਿਆ ਇਹਨਾਂ ਦੇ ਵਿੱਚ ਉਹ ਡੀਐਨਏ ਦੇ ਵਿੱਚ ਜਾਂ ਜੀਨਸ ਦੇ ਵਿੱਚ ਉਹ ਪਾਇਆ ਜਾਂਦਾ ਇਹਦੇ ਵਿੱਚੋਂ ਕੀ ਆਪਾਂ ਨੂੰ ਬਿਮਾਰੀਆਂ ਦਾ ਵੀ ਅਗਾਊ ਪਤਾ ਲੱਗ ਸਕਦਾ ਕਿ ਕਿਹੜੀ ਬਿਮਾਰੀ 10 ਸਾਲ 'ਚ ਹੋਣੀ ਹੈ ਕਿਹੜੀ ਬਿਮਾਰੀ 20 ਸਾਲ 'ਚ ਹੋਣੀ ਆ ਜਾਂ ਇਸ ਆਦਮੀ ਦੀ ਮੌਤ ਕਦੋਂ ਹੋਣੀ ਹੈ ਕੀ ਇਹਨਾਂ ਚੀਜ਼ਾਂ ਦਾ ਵੀ ਇਹਦੇ 'ਚ ਪਤਾ ਲੱਗ ਸਕਦਾ ਹਾਂਜੀ ਪੰਨੂ ਸਾਹਿਬ ਬਹੁਤ ਇੰਪੋਰਟੈਂਟ ਤੁਸੀਂ ਕੁਐਸਚਨ ਪੁੱਛਿਆ ਹੈ ਇਸ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੇ ਪਹਿਲਾਂ ਨਹੀਂ ਪਤਾ ਹੁੰਦਾ ਸੀਗਾ ਲੇਕਿਨ ਹੁਣ ਇੰਨੇ ਐਡਵਾਂਸਡ ਟੈਸਟ ਹੋ ਗਏ ਨੇ ਐਡਵਾਂਸਡ ਟੈਸਟ ਅਸੀਂ ਕਹਿੰਦੇ ਕਿ ਮਾਲੀਕੂਲਰ ਟੈਸਟ ਮਾਲੀਕੂਲਰ ਟੈਸਟ ਜੈਨੇਟਿਕ ਟੈਸਟ ਹੁੰਦੇ ਨੇ ਹੁਣ ਅਸੀਂ ਜਿਹੜਾ ਟੈਸਟ ਕਰਦੇ ਹਾਂ ਜਿਹੜੇ ਐਡਵਾਂਸ ਟੈਸਟ ਹੀ ਕਰਦੇ ਹਾਂ ਜੀਨ ਟੈਸਟ ਕਰਦੇ ਹਾਂ ਇਹਨਾਂ ਵਿੱਚ ਕੀ ਪਤਾ ਚੱਲਦਾ ਹੈ ਕਿ ਇਹਨਾਂ ਵਿੱਚ ਤਿੰਨ ਵੱਡੀਆਂ ਇਨਫੋਰਮੇਸ਼ਨਸ ਦਾ ਪਤਾ ਚੱਲਦਾ ਹੈ ਸਭ ਤੋਂ ਪਹਿਲਾਂ ਪਤਾ ਚੱਲਦਾ ਹੈ ਕਿ ਪੇਰੈਂਟਸ ਤੋਂ ਕਿਹੜੀਆਂ ਤਕਲੀਫਾਂ ਮਿਲੀਆਂ ਨੇ ਸਾਨੂੰ ਉਹ ਵਿਰਾਸਤ ਵਿੱਚ ਮਿਲੀਆਂ ਨੇ ਚੰਗੀਆਂ ਚੀਜ਼ਾਂ ਵੀ ਮਿਲੀਆਂ ਅਤੇ ਹੈਲਦੀ ਜੀਨਸ ਵੀ ਮਿਲੇ ਅਤੇ ਬਿਮਾਰੀ ਵਾਲੇ ਵੀ ਮਿਲੇ ਅਗਰ ਪੇਰੈਂਟਸ ਨੂੰ ਕੋਈ ਤਕਲੀਫ ਸੀਗੀ ਨੰਬਰ ਇੱਕ ਨੰਬਰ 2 ਇਸ ਟੈਸਟ ਵਿੱਚ ਇਹ ਪਤਾ ਚੱਲਦਾ ਹੈ ਕਿ ਤੁਹਾਡੀ ਪ੍ਰੈਜ਼ੈਂਟ ਤਕਲੀਫਾਂ ਦਾ ਕਾਰਨ ਕੀ ਹੈ ਅਸਲੀ ਕਾਰਨ ਕੀ ਹੈ ਨੰਬਰ 3 ਤੁਹਾਡਾ ਕੁਐਸਚਨ ਜਿਹੜਾ ਸੀਗਾ ਨੰਬਰ 3 ਮੈਂ ਜਵਾਬ ਦਿੰਦਾ ਉਹਦੇ ਵਿੱਚ ਪਤਾ ਚੱਲ ਜਾਂਦਾ ਹੈ ਕਿ ਤੁਹਾਨੂੰ ਆਉਣ ਵਾਲੀ ਤਕਲੀਫ ਆਉਣ ਵਾਲੇ ਫਿਊਚਰ ਵਿੱਚ ਤੁਹਾਨੂੰ ਕਿਹੜੀ ਕਿਹੜੀ ਤਕਲੀਫ ਹੋ ਸਕਦੀ ਹੈ ਕਹਿ ਲਓ ਕਿ ਕੋਈ ਹਾਰਟ ਅਟੈਕ ਤੇ ਨਹੀਂ ਹੋਣਾ ਕੋਈ ਸਟ੍ਰੋਕ ਤੇ ਨਹੀਂ ਹੋਣੀ ਕਿਸੇ ਕਿਸਮ ਦਾ ਕੈਂਸਰ ਤੇ ਨਹੀਂ ਹੋਣਾ ਕੋਈ ਬ੍ਰੇਨ ਦੀਆਂ ਤਕਲੀਫਾਂ ਤੁਸੀਂ ਬਾਡੀ ਦੇ ਕਿਸੇ ਵੀ ਹਿੱਸੇ ਦੇ ਨਾਲ ਹੋਗੇ ਉਹਕੜੀਆਂ ਤਕਲੀਫਾਂ ਤੇ ਨਹੀਂ ਹੋਣੀਆਂ ਪਹਿਲਾਂ ਪਤਾ ਚੱਲ ਸਕਦਾ ਹੈ ਕਿ ਕਿੰਨਾ ਰਿਸਕ ਹੈ ਤੁਹਾਨੂੰ ਕਿਸੇ ਪਾਰਟੀਕੂਲਰ ਤਕਲੀਫ ਦਾ ਅਰਵਿੰਦਰ ਜੀ ਆਪਾਂ ਆਪਸ ਵਿੱਚ ਵੀ ਗੱਲਬਾਤ ਕਰਦੇ ਹਾਂ ਡਾਕਟਰਾਂ ਨਾਲ ਵੀ ਗੱਲ ਕਰਾਂਗੇ ਪਹਿਲਾ ਸਮਾਂ ਹੁੰਦਾ ਹੈ ਤੇ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹੀ ਨਹੀਂ ਸਨ ਜੀ ਲੇਕਿਨ ਉਹ ਬਿਮਾਰੀਆਂ ਹੁਣ ਦਿਖਾਈ ਦੇ ਰਹੀਆਂ ਹਨ ਜੀ ਸੋ ਆਪਾਂ ਕਿੱਦਾਂ ਕਹਿ ਸਕਦੇ ਹਾਂ ਕਿ ਇਹ ਪਹਿਲੀਆਂ ਬਿਮਾਰੀਆਂ ਜਿਹੜੀਆਂ ਆਪਾਂ ਨੂੰ ਦਿਖਾਈ ਨਹੀਂ ਦਿੰਦੀਆਂ ਹੁਣ ਦਿਖਾਈ ਦਿੰਦੀਆਂ ਲੇਕਿਨ ਉਸ ਟਾਈਮ ਤੇ ਜੀਨਸ 'ਚ ਹੁੰਦੀਆਂ ਹੀ ਨਹੀਂ ਸੀਗੀਆਂ ਸੋ ਇਹ ਕੀ ਕਾਰਨ ਹੋਇਆ ਕਿ ਨਵੀਆਂ ਨਵੀਆਂ ਬਿਮਾਰੀਆਂ ਜਿਹੜੀਆਂ ਹੁਣ ਲੱਭਣ ਲੱਗ ਪਈਆਂ ਹਨ ਇਹਨਾਂ ਹੀ ਜੀਨਸ ਦੇ ਵਿੱਚ ਜਦੋਂ ਕਿ ਪਹਿਲਾਂ ਇਹਨਾਂ ਜੀਨਸ ਦੇ ਵਿੱਚ ਉਹ ਬਿਮਾਰੀਆਂ ਹੀ ਨਹੀਂ ਸਨ ਹਾਂਜੀ ਸੋ ਇਹ ਕੀ ਇਹਨਾਂ ਜੀਨਸ ਦੇ ਵਿੱਚ ਵੀ ਨਵੀਆਂ ਨਵੀਆਂ ਬਿਮਾਰੀਆਂ ਮਰਜ ਹੋ ਰਹੀਆਂ ਹਨ ਜਾਂ ਉਹ ਬਾਹਰੋਂ ਚੁੱਕ ਕੇ ਜੀਨਸ ਦੇ ਵਿੱਚ ਪੈ ਰਹੀਆਂ ਹਨ ਇਸ ਬਾਰੇ ਜਾਣਕਾਰੀ ਦਿਓ ਮੈਂ ਨਾਲ ਹੀ ਡਾਕਟਰ ਨਿਸ਼ਾ ਜੀ ਨੂੰ ਪੁੱਛੂੰਗਾ ਕਿਉਂਕਿ ਜੋ ਤੁਸੀਂ ਕਿਹਾ ਜੋ ਪਿੱਛੋਂ ਆਪਾਂ ਨੂੰ ਮਿਲ ਰਿਹਾ ਹੈ ਆਪਣੇ ਬਜ਼ੁਰਗਾਂ ਤੋਂ ਮਿਲ ਰਿਹਾ ਉਹ ਹੀ ਸਾਰਾ ਕੁਝ ਜੀਨਸ ਦੇ ਵਿੱਚ ਹੈ ਲੇਕਿਨ ਕਈ ਚੀਜ਼ਾਂ ਜਿਹੜੀਆਂ ਬਜ਼ੁਰਗਾਂ ਕੋਲ ਨਹੀਂ ਸਨ ਉਹ ਆਪਣੇ ਕੋਲ ਹਨ ਉਸ ਬਾਰੇ ਦੱਸੋ ਹਾਂਜੀ ਪੰਨੂ ਸਾਹਿਬ ਇਹ ਵੀ ਬਹੁਤ ਹੀ ਇੰਪੋਰਟੈਂਟ ਤੁਸੀਂ ਕੁਐਸਚਨ ਪੁੱਛਿਆ ਕੁਝ ਚੀਜ਼ਾਂ ਜਿਹੀਆਂ ਲਾਈਫ ਜਿਹੀਆਂ ਜਿਹੀਆਂ ਟਾਈਮ ਪਾਸ ਹੁੰਦਾ ਗਿਆ ਹੈ ਕੁਝ ਚੀਜ਼ਾਂ ਤਾਂ ਪਹਿਲਾਂ ਨਹੀਂ ਸੀਗੀਆਂ ਹੁੰਦੀਆਂ ਤਕਲੀਫਾਂ ਨਹੀਂ ਸੀਗੀਆਂ ਹੁੰਦੀਆਂ ਕਿਉਂਕਿ ਪਹਿਲਾਂ ਲਾਈਫ ਸਟਾਈਲ ਲੋਕਾਂ ਦਾ ਖਾਣਾ ਪੀਣਾ ਲੋਕਾਂ ਦਾ ਰਹਿਣ ਸਹਿਣ ਸਾਰਾ ਡਿਫਰੈਂਟ ਹੁੰਦਾ ਸੀਗਾ ਹੁਣ ਉਹ ਸਾਰਾ ਚੀਜ਼ਾਂ ਚੇਂਜ ਹੋ ਚੁੱਕੀ ਦੀਆਂ ਨੇ ਹੁਣ ਸਾਡੇ ਜੀਨਸ ਤੇ ਸਾਨੂੰ ਪੇਰੈਂਟਸ ਤੋਂ ਮਿਲੇ ਸੀਗੇ ਸਿਰਫ ਇੱਕ ਜੀਨਸ ਹੀ ਨਹੀਂ ਇਹਨਾਂ ਨਾਲ ਮਲਟੀਪਲ ਫੈਕਟਰਸ ਵੀ ਹੁੰਦੇ ਨੇ ਉਹ ਕੀ ਫੈਕਟਰਸ ਹੋ ਸਕਦੇ ਇਨਵਾਇਰਮੈਂਟਲ ਫੈਕਟਰਸ ਹੁੰਦੇ ਨੇ ਤੁਸੀਂ ਕਿਹੋ ਜਿਹਾ ਕੰਮ ਕਾਜ ਕਰਦੇ ਹੋ ਕਿੰਨਾ ਸਟ੍ਰੈਸ ਘਰ ਵਿੱਚ ਹੈ ਕਿੰਨਾ ਸਟ੍ਰੈਸ ਤੁਹਾਡੇ ਕੰਮ ਵਿੱਚ ਹੈ ਖਾਣਾ ਪੀਣਾ ਉਹਨੂੰ ਨਿਊਟ੍ਰੀਜੀਨੋਮਿਕਸ ਬੋਲਦੇ ਨੇ ਸੋ ਖਾਣ ਪੀਣ ਨਾਲ ਵੀ ਸਾਨੂੰ ਬਹੁਤ ਤਕਲੀਫਾਂ ਬਣਦੀਆਂ ਨੇ ਕਿਉਂਕਿ ਸਾਡਾ ਖਾਣਾ ਪੀਣਾ ਚੰਗਾ ਨਹੀਂ ਹੈ ਮੈਂ ਹੈਜ਼ੀਟੇਟ ਨਹੀਂ ਕਰਦਾ ਕਿ ਬੱਚੇ ਅੱਜ ਕੱਲ੍ਹ ਜੰਕ ਫੂਡ ਖਾਂਦੇ ਨੇ ਲੇਕਿਨ ਅਸੀਂ ਸਿਆਣੇ ਵੀ ਹੈਲਦੀ ਖਾਣਾ ਨਹੀਂ ਖਾਂਦੇ ਸਿਆਣੇ ਵੀ ਅਨਹੈਲਦੀ ਖਾਣਾ ਖਾਂਦੇ ਹਾਂ ਹੋਰ ਕੀ ਫੈਕਟਰਸ ਹੋ ਸਕਦੇ ਲਾਈਫ ਸਟਾਈਲ ਸਾਡਾ ਲਾਈਫ ਸਟਾਈਲ ਹੁਣ ਬਿਲਕੁਲ ਚੇਂਜ ਹੋ ਚੁੱਕੇ ਦਾ ਜਿਸ ਜਿਹੋ ਜਿਹਾ ਪਹਿਲਾਂ ਲਾਈਫ ਸਟਾਈਲ ਹੁੰਦਾ ਸੀਗਾ ਹੁਣ ਅਸੀਂ ਥੋੜ੍ਹੀ ਦੂਰ ਵੀ ਜਾਣਾ ਹੋਏ ਕਾਰ 'ਤੇ ਹੀ ਜਾਣਾ ਆਫਿਸ ਕਾਰ 'ਤੇ ਸ਼ੋਪਿੰਗ ਕਾਰ 'ਤੇ ਮਤਲਬ ਤੁਸੀਂ ਉਤਰੋ 2 ਮਿੰਟ ਪਹਿਲਾਂ ਹੁੰਦਾ ਸੀ ਕਿੰਨਾ ਚੱਲਣਾ ਪੈਂਦਾ ਤੁਹਾਡੇ ਕਹਿਣ ਦਾ ਭਾਵ ਕਿ ਇਹ ਬਿਮਾਰੀਆਂ ਉਦੋਂ ਸਨ ਲੇਕਿਨ ਜਿਹੜਾ ਰਹਿਣ ਸਹਿਣ ਜਾਂ ਖਾਣਾ ਪੀਣਾ ਜਾਂ ਸਾਡੀ ਸੋਚਣੀ ਅਜਿਹੀ ਨਾ ਹੋਣ ਕਰਕੇ ਉਹ ਬਿਮਾਰੀਆਂ ਸਰੀਰ 'ਚੋਂ ਜੀਨ ਦੇ ਵਿੱਚੋਂ ਨਹੀਂ ਸਨ ਲੇਕਿਨ ਬਿਮਾਰੀਆਂ ਉੱਥੇ ਸਨ ਉਹ ਪਈਆਂ ਸਨ ਕਹਿਣ ਦਾ ਭਾਵ ਤੁਹਾਡਾ ਇਹ ਆ
ਬਿਲਕੁਲ ਠੀਕ ਹੈ, ਇਹ ਵੀ ਠੀਕ ਹੈ, ਪਰ ਲੇਕਿਨ ਕੁਛ ਤਕਲੀਫਾਂ ਨਵੀਆਂ ਵੀ ਬਣੀਆਂ, ਜਿਸ ਤਰ੍ਹਾਂ ਕਿ ਕਹਿ ਲਓ ਕਿ ਕੋਈ ਜਿਸ ਤਰ੍ਹਾਂ ਅੱਜ ਕੱਲ੍ਹ ਐਕਸਪੋਜ਼ਰ ਹੁੰਦਾ, ਰੇਡੀਏਸ਼ਨ ਦਾ ਜ਼ਿਆਦਾ ਐਕਸਪੋਜ਼ਰ ਹੈ, ਸੈੱਲ ਫੋਨ ਦਾ ਜ਼ਿਆਦਾ ਐਕਸਪੋਜ਼ਰ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੁਛ ਤਕਲੀਫਾਂ ਨਵੀਆਂ ਵੀ ਬਣੀਆਂ ਨੇ ਅਤੇ ਕੁਛ ਪਹਿਲਾਂ ਤੋਂ ਸਾਨੂੰ ਮਿਲੀਆਂ ਨੇ ਵਿਰਾਸਤ ਵਿੱਚ। ਡਾਕਟਰ ਸਾਹਿਬ, ਮੈਂ ਇੱਕ ਗੱਲ ਇੱਥੇ ਪੰਨੂ ਸਾਹਿਬ ਨਾਲ ਹੋਰ ਲੈ ਕੇ ਆਉਣੀ ਚਾਹਾਂਗਾ ਕਿ ਇੱਕ ਜੋ ਸਾਡਾ ਵਰਲਡ ਗਲੋਬਲ ਹੋ ਗਿਆ, ਹਾਂਜੀ, ਉਹਦੇ ਨਾਲ ਵੀ ਕਈ ਚੀਜ਼ਾਂ ਦਾ ਫਰਕ ਪਿਆ। ਜਿੱਦਾਂ ਜਿਹਦੇ ਤੁਸੀਂ ਅੱਜ ਤੋਂ 200-300 ਸਾਲ ਦਾ ਇਤਿਹਾਸ ਪਹਿਲਾਂ ਖੋਲ੍ਹ ਕੇ ਦੇਖੋ ਅਤੇ ਜਿਹੜੀ ਅਮੈਰੀਕਾ ਦੇ ਇੱਥੇ ਕਬੀਲੇ ਸਨ ਉਹਨਾਂ ਨੇ ਕੋਲਰਾ ਅਤੇ ਸਮਾਲ ਪੋਕਸ ਵਰਗੀਆਂ ਬਿਮਾਰੀਆਂ ਵੇਖੀਆਂ ਨਹੀਂ ਸਨ। ਜਦੋਂ ਯੂਰੋਪੀਅਨਸ ਦੇ ਇਨ ਕੋਂਟੈਕਟ ਆਏ ਤਾਂ ਇੱਥੇ ਕਬੀਲਿਆਂ ਦੇ ਕਬੀਲਿਆਂ ਦਾ ਖਾਤਮਾ ਹੋ ਗਿਆ। ਸੋ ਜਿਹੜਾ ਤੁਸੀਂ ਡਾਕਟਰ ਸਾਹਿਬ ਕਹਿ ਰਹੇ ਸੀ, ਕਈ ਨਵੀਆਂ ਬਿਮਾਰੀਆਂ ਵੀ ਆਈਆਂ ਨੇ ਜੋ ਸਤਾ ਦੇ ਉੱਤੇ, ਅਤੇ ਆਈ ਥਿੰਕ ਪਰ ਉਸ ਤੋਂ ਵੀ ਇੰਪੋਰਟੈਂਟ ਜਿਹੜਾ ਅਸੀਂ ਇੱਕ ਚੀਜ਼ ਇਹ ਵੇਖਦੇ ਹਾਂ ਕਿ ਆਪਣੇ ਕਲਚਰਸ ਦੇ ਵਿੱਚ, ਕਿਉਂਕਿ ਅਸੀਂ ਉਹਨਾਂ ਦੇਸ਼ਾਂ ਵਿੱਚ ਉੱਠ ਕੇ ਆਏ ਹਾਂ ਜਿੱਥੇ ਸਾਨੂੰ ਹੱਥੀਂ ਮਿਹਨਤ ਬਹੁਤ ਕਰਨੀ ਪੈਂਦੀ ਹੈ। ਤਾਂ ਡਾਕਟਰ ਸਾਹਿਬ, ਕੀ ਇੱਦਾਂ ਨਹੀਂ ਹੈ ਕਿ ਸਾਡਾ ਜਿਹੜਾ ਜੈਨੇਟਿਕ ਮੇਕਅਪ ਹੈ ਉਹ ਕਿਸੇ ਹੋਰ ਜਗ੍ਹਾ ਦੇ ਲਈ ਬਣਿਆ, ਅਤੇ ਜਦੋਂ ਅਸੀਂ ਉਹ ਜਗ੍ਹਾ ਤੋਂ ਸ਼ਿਫਟ ਕਰਦੇ ਹਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ, ਅਤੇ ਕੀ ਸਾਡਾ ਜੈਨੇਟਿਕ ਮੇਕਅਪ ਜਿਹੜਾ ਹੈ ਜਾਂ ਜੈਨੇਟਿਕ ਜਿਸ ਹਿਸਾਬ ਨਾਲ ਅਸੀਂ ਬਣੇ ਹਾਂ ਕਿ ਉਹ ਨਵੀਂ ਜਗ੍ਹਾ ਨੂੰ ਐਕਸੈਪਟ ਕਰਦਾ ਹੈ ਜੀ, ਜਾਂ ਸਾਨੂੰ ਬਿਮਾਰੀਆਂ ਦੀ ਸਸੈਪਟੇਬਿਲਿਟੀ ਜਾਂ ਹੋਣ ਦੇ ਚਾਂਸ ਵੱਧ ਨਹੀਂ ਜਾਂਦੇ? ਜੀ ਬਿਲਕੁਲ, ਇਸ ਤਰ੍ਹਾਂ ਹੁੰਦਾ ਹੈ ਅਰਵਿੰਦਰ ਜੀ ਕਿ ਜਿਹੜਾ ਜਿਸ ਜਗ੍ਹਾ ਤੋਂ ਅਸੀਂ ਜੰਮੇ ਪਲੇ ਹਾਂ ਜੀ, ਜਾਂ ਜਿੱਥੇ ਸਾਡੇ ਪੈਦਾ ਹੋਏ ਹਾਂ ਜੀ, ਉਹ ਉੱਥੇ ਸਾਡਾ ਇਮਿਊਨ ਸਿਸਟਮ ਉਸ ਦੇ ਨਾਲ ਯੂਜ਼ ਟੂ ਹੋ ਗਿਆ ਹੈ। ਲੇਕਿਨ ਅਸੀਂ ਜਿਸਲੇ ਨਵੀਂ ਜਗ੍ਹਾ 'ਤੇ ਆਉਂਦੇ ਹਾਂ ਤਾਂ ਵੀ ਆਰ ਅਡੈਪਟਿੰਗ ਟੂ ਦ ਨਿਊ ਇਨਵਾਇਰਮੈਂਟ, ਉਹ ਇੱਕਦਮ ਇਨਵਾਇਰਮੈਂਟ ਚੇਂਜ ਹੋ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਦੇਖੋਗੇ ਕਈ ਜਿਹੜੇ ਇਮੀਗ੍ਰੈਂਟਸ ਜਿਸਲੇ ਇੱਧਰ ਆਉਂਦੇ ਨੇ ਤਾਂ ਕਈ ਵਾਰੀ ਉਹਨਾਂ ਦਾ ਮਨ ਨਹੀਂ ਲੱਗਦਾ, ਬਹੁਤ ਸਾਰੇ ਕਹਿੰਦੇ ਕਿ ਸਾਡਾ ਮਨ ਨਹੀਂ ਲੱਗਦਾ ਸਾਨੂੰ, ਉਹ ਪ੍ਰੋਪਰ ਲੱਗਦਾ, ਅਤੇ ਕੁਛ ਬਹੁਤ ਜਲਦੀ ਅਡੈਪਟ ਹੋ ਜਾਂਦੇ, ਕੁਛ ਟਾਈਮ ਲੱਗਦਾ ਨਾ। ਇਸ ਤਰ੍ਹਾਂ ਹੀ ਸਾਡੀ ਬੋਡੀ ਜਿਹੜੀ ਹੈ ਉਹ ਵੀ ਅਗਰ ਫਿਜ਼ੀਕਲੀ ਦੇਖਿਆ ਜਾਏ ਅੰਦਰੋਂ ਤਾਂ ਉਹ ਵੀ ਟਾਈਮ ਲੱਗਦੀ ਕਈ ਵਾਰੀ ਅਡੈਪਟ ਹੁੰਦੇ। ਤੁਸੀਂ ਇਹ ਵੀ ਦੇਖਿਓ ਕਿ ਬਹੁਤ ਸਾਰੇ ਕਈ ਵਾਰੀ ਇਹ ਸ਼ਿਕਾਇਤ ਕਰਦੇ ਨੇ ਕਿ ਜਿਸਲੇ ਅਸੀਂ ਇੰਡੀਆ ਜਾਂਦੇ ਹਾਂ ਤਾਂ ਉੱਥੇ ਠੀਕ ਹੋ ਜਾਂਦੇ ਹਾਂ, ਜਿਸਲੇ ਇੱਥੇ ਜਾਂਦੇ ਹਾਂ ਸਾਨੂੰ ਐਲਰਜੀਜ਼ ਬਹੁਤ ਜ਼ਿਆਦਾ ਹੋ ਜਾਂਦੀਆਂ, ਕਈ ਕਹਿੰਦੇ ਸੀਜ਼ਨਲ ਐਲਰਜੀਜ਼ ਹੋ ਜਾਂਦੀਆਂ ਜਾਂ ਫਲੂ ਹੋ ਜਾਂਦਾ ਹੈ ਜਾਂ ਕਈ ਵਾਰੀ ਫੂਡ ਐਲਰਜੀਜ਼ ਹੋ ਜਾਂਦੀਆਂ, ਕਿਉਂਕਿ ਸਾਡਾ ਜਿਹੜਾ ਜੈਨੇਟਿਕ ਮੇਕਅਪ ਹੈ ਇਟਸ ਮੈਂਟ ਫਾਰ ਦੈਟ ਪਲੇਸ ਐਂਡ ਵੀ ਆਰ ਨਾਓ ਇਨ ਅ ਡਿਫਰੈਂਟ ਪਲੇਸ, ਸੋ ਵੀ ਆਰ ਅਡੈਪਟਿੰਗ। ਸੋ ਬੋਡੀ 'ਚ ਚੇਂਜਿਸ ਤਾਂ ਆਉਂਦੀਆਂ ਨੇ, ਇਨਵਾਇਰਮੈਂਟਲ ਫੈਕਟਰਸ ਕਹਿੰਦੇ ਨੇ। ਔਰ ਦੂਸਰਾ ਇਹ ਹੈ ਕਿ ਅਸੀਂ ਇੰਡੀਆ ਵਿੱਚ ਹਾਂ, ਇੱਕ ਤਾਂ ਗਰਮ ਇਲਾਕਾ ਹੈ, ਦੂਸਰਾ 4 ਵੈਦਰਸ ਹੁੰਦੇ ਨੇ, 4 ਵੈਦਰਸ, ਔਰ ਤੀਸਰਾ ਇਹ ਹੈ ਕਿ ਅਸੀਂ ਜਿਹੜਾ ਖੁਰਾਕ ਸਾਡੀ ਹੁੰਦੀ ਸੀ ਗਰਮੀਆਂ 'ਚ ਜਿਸ ਤਰ੍ਹਾਂ ਅਸੀਂ ਅੰਬ ਵਗੈਰਾ ਖਾਂਦੇ ਸੀ, ਸਰਦੀਆਂ 'ਚ ਦੂਸਰੇ ਫਰੂਟ ਖਾਂਦੇ ਹਾਂ, ਕਿ ਸਾਡੀ ਬੋਡੀ ਨੂੰ ਪਤਾ ਸੀ ਕਿ ਇਹਨਾਂ ਮੌਸਮ ਵਿੱਚ ਇਹੋ ਹੀ ਮਿਲਣਾ ਅਤੇ ਇਹਨਾਂ ਮੌਸਮ 'ਚ ਇਹ ਮਿਲਣਾ। ਇੱਥੇ ਤੁਹਾਨੂੰ ਸਾਰੇ ਸੀਜ਼ਨ ਦੀ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ, ਸੋ ਉਹ ਚੀਜ਼ਾਂ ਜਿਹੜੀਆਂ ਨੇ ਉਹ ਵੀ ਅਡੈਪਟ ਕਰਨੇ ਆ, ਜਾਂ ਸਾਡੀ ਫਿਰ ਫੂਡ ਐਲਰਜੀਜ਼ ਬਹੁਤ ਸਾਰੀਆਂ ਬਣ ਜਾਂਦੀਆਂ ਬਿਕੋਜ਼ ਵੀ ਆਰ ਅਡੈਪਟਿੰਗ। ਦੂਸਰਾ ਇਹ ਹੈ ਕਿ ਇੱਥੇ ਜ਼ਿਆਦਾ ਇਨਡੋਰ ਹੈ, ਉੱਥੇ ਆਊਟਡੋਰ ਐਕਟੀਵਿਟੀਜ਼ ਹੁੰਦੀਆਂ, ਇੱਥੇ ਇਨਡੋਰਸ ਹੁੰਦਾ ਜ਼ਿਆਦਾਤਰ, ਉਹ ਸਾਨੂੰ ਫਰੈਸ਼ ਏਅਰ ਬਹੁਤ ਘੱਟ ਮਿਲਦੀ ਹੈ, ਔਰ ਜਿਸ ਤਰ੍ਹਾਂ ਵਿਟਾਮਿਨ ਡੀ ਵੀ ਇੱਥੇ ਬਹੁਤ ਘੱਟ ਮਿਲਦੀ ਹੈ, ਇੰਡੀਆ 'ਚ ਤੁਹਾਨੂੰ ਕਾਫੀ ਮਿਲਦੀ ਹੈ। ਸੋ ਇਹ ਵਾਲੀ ਕਾਫੀ ਜਿਹੜੀ ਚੀਜ਼ਾਂ ਜਿਹੜੀਆਂ ਨੇ ਇਹ ਇਨਵਾਇਰਮੈਂਟਲ ਜਿਹੜੀਆਂ ਇਹ ਇਫੈਕਟ ਪੈਂਦਾ ਜੈਨੇਟਿਕਲੀ। ਹਾਂਜੀ, ਸੋ ਡਾਕਟਰ ਨਿਸ਼ਾ, ਇਹ ਆਪਾਂ ਕਹਿ ਸਕਦੇ ਹਾਂ ਕਿ ਜੇ ਅਸੀਂ ਹੁਣ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮਾਈਗ੍ਰੇਟ ਹੋਏ ਹਾਂ ਤੇ ਸਾਨੂੰ ਆਪਣਾ ਜੇ, ਕਿਉਂਕਿ ਅਸੀਂ ਇਹਨਾਂ ਦੇਸ਼ਾਂ ਵਿੱਚ ਰਹਿਣਾ ਤੇ ਆਪਣਾ ਲਾਈਫ ਸਟਾਈਲ ਬਹੁਤ ਬਦਲਣਾ ਪਏਗਾ, ਆਪਣਾ ਖਾਣਾ ਬਦਲਣਾ ਪਏਗਾ, ਆਪਣੀ ਇਨਵਾਇਰਮੈਂਟ ਦੀ ਕੰਡੀਸ਼ਨਿੰਗ ਬਦਲਣੀ ਪਵੇਗੀ, ਕੀ ਇਹਦੇ ਵਿੱਚ ਕੁਝ ਸੱਚ ਹੈ? ਜੀ ਜੀ ਜੀ, ਐਕਚੁਲੀ ਇਸ ਤਰ੍ਹਾਂ ਹੁੰਦਾ ਕਿ ਜਿਸਲੇ ਤੁਸੀਂ ਠੰਡੇ ਇਲਾਕੇ ਦੇ ਚੀਜ਼ਾਂ ਨੇ ਉਹਦੇ ਅਕੋਰਡਿੰਗਲੀ ਸਾਡੀ ਬੋਡੀ ਉਸ ਤਰ੍ਹਾਂ ਦੀ ਹੁੰਦੀ ਹੈ ਤੇ ਸਾਨੂੰ ਉਸਦੇ ਅਕੋਰਡਿੰਗਲੀ ਵੀ ਖਾਣਾ ਚਾਹੀਦਾ। ਉਦਾਹਰਣ ਦੇ ਤੌਰ ਉੱਪਰ ਜਿਸ ਤਰ੍ਹਾਂ ਅਸੀਂ ਬਹੁਤ ਸਾਰੇ ਇੰਡੀਆ ਦੇ ਹਿਸਾਬ ਨਾਲ ਅਸੀਂ ਸਪਾਈਸੀ ਫੂਡ ਜ਼ਿਆਦਾ ਖਾਂਦੇ ਹਾਂ, ਔਰ ਇੰਡੀਆ ਵਿੱਚ ਤਾਂ ਕੀ ਹੈ ਪਸੀਨਾ ਵਗੈਰਾ ਖੂਬ ਆਉਂਦਾ, ਜਿਸ ਤਰ੍ਹਾਂ ਸਾਡਾ ਮੈਟਾਬੋਲਿਜ਼ਮ ਜਿਹੜਾ ਉਸਦੇ ਅਕੋਰਡਿੰਗਲੀ ਹੈ ਕਿ ਫਾਸਟ ਰਹਿੰਦਾ, ਪਸੀਨਾ ਵਗੈਰਾ ਆਉਂਦਾ, ਦੌੜ ਭੱਜ ਕਰਦੇ ਹਾਂ, ਬਾਹਰ ਜਾਂਦੇ ਹਾਂ, ਵਿਟਾਮਿਨ ਡੀ ਮਿਲਦੀ ਹੈ ਜਾਂ ਅੰਦਰ ਸਾਡੀ ਬੋਡੀ ਉਹ ਪਚਾ ਲੈਂਦੀ ਹੈ। ਇੱਥੇ ਹੈ, ਇੱਥੇ ਸਾਡੇ ਪਸੀਨਾ ਤਾਂ ਆਉਂਦਾ ਹੀ ਨਹੀਂ। ਦੂਸਰਾ ਹੈ ਕਿ ਜਿਹੜਾ ਖਾਣਾ ਪੀਣਾ ਇੰਨਾ ਸਪਾਈਸੀ ਖਾਂਦੇ ਹਾਂ, ਇਨਡੋਰ ਰਹਿੰਦੇ ਹਾਂ, ਅਤੇ ਉਹ ਸਾਡਾ ਮੈਟਾਬੋਲਿਜ਼ਮ ਬਹੁਤ ਜਲਦੀ ਸਲੋ ਡਾਊਨ ਹੋ ਜਾਂਦਾ, ਇੰਨਾ ਵਰਕੇਬਲ ਨਹੀਂ ਰਹਿੰਦਾ ਜਿੰਨਾ ਕਿ ਸਾਡਾ ਇੰਡੀਆ 'ਚ ਰਹਿੰਦਾ ਸੀ। ਅੱਛਾ ਡਾਕਟਰ ਭਗਤ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਤੁਸੀਂ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰਦੇ ਹੋ। ਮੰਨ ਲਓ ਕਿ ਕਿਸੇ ਨੂੰ ਕੋਈ ਬਿਮਾਰੀ ਹੈ, ਕੀ ਤੁਸੀਂ ਉਹਨੂੰ ਡਾਇਗਨੋਸ ਕਰਕੇ ਦਵਾਈ ਵੀ ਦਿੰਦੇ ਹੋ ਜਾਂ ਤੁਸੀਂ ਉਹਨੂੰ ਦੱਸ ਦਿੰਦੇ ਹੋ ਕਿ ਭਾਈ ਸਾਹਿਬ ਤੁਹਾਨੂੰ 20 ਸਾਲ ਨੂੰ ਇਹੋ ਜਿਹੀ ਬਿਮਾਰੀ ਲੱਗ ਜਾਣੀ ਹੈ, ਸੋ ਉਹਦੇ ਲਈ ਕੀ ਇੰਤਜ਼ਾਮ ਤੁਸੀਂ ਉਹਨਾਂ ਨੂੰ ਦੱਸਦੇ ਹੋ ਜਾਂ ਕੀ ਕੀ ਕੀਤਾ ਜਾਵੇ ਕਿ ਬੰਦੇ ਨੂੰ ਬਿਮਾਰੀ ਨਾ ਲੱਗੇ? ਜਿੱਦਾਂ ਇਹ ਸਾਰੀ ਇਸ ਵੇਲੇ ਟੈਕਨੋਲੋਜੀ 'ਤੇ ਦੱਸ ਰਹੀ ਆ ਵੀ ਤੂੰ ਇੰਨੇ ਸਮੇਂ ਦਾ ਹੋ ਕੇ ਮਰ ਜਾਏਗਾ, ਤੈਨੂੰ ਇੰਨੇ ਸਮੇਂ ਦੇ ਹੋ ਕੇ ਹਾਰਟ ਅਟੈਕ ਹੋਏਗਾ, ਤੇਰੀਆਂ ਅੱਖਾਂ ਦੀ ਨਿਗਾਹ ਘੱਟ ਜਾਏਗੀ ਜਾਂ ਤੇਰੇ ਫੇਫੜੇ ਕੰਮ ਕਰਨ ਨੂੰ ਹਟ ਜਾਣਗੇ। ਸੋ ਇਹ ਅਗਾਊ ਹੀ ਆਪਾਂ ਦੱਸ ਸਕਦੇ ਹਾਂ, ਜਿਸ ਤਰ੍ਹਾਂ ਕਿ ਪੰਡਿਤ ਭਵਿੱਖਬਾਣੀ ਕਰ ਦਿੰਦੇ ਸੀ, ਸੋ ਤੁਸੀਂ ਬੋਡੀ ਦੀ ਭਵਿੱਖਬਾਣੀ ਕਰ ਦਿੰਦੇ ਹੋ ਕਿ ਭਾਈ ਸਾਹਿਬ ਤੁਸੀਂ ਹੁਣ ਆਪਣੇ ਆਪ ਨੂੰ ਠੀਕ ਰੱਖੋ। ਸੋ ਇਸ ਬਾਰੇ ਤੁਸੀਂ ਥੋੜ੍ਹੀ ਜਿਹੀ ਤਫਸੀਲ ਦੱਸੋ, ਕਿਉਂਕਿ ਜਿਹੜੀ ਗੱਲ ਤੁਸੀਂ ਕਰਦੇ ਹੋ ਇਹ ਥੋੜ੍ਹੀ ਜਿਹੀ ਸਮਝਣ ਵਾਲੀ ਹੈ।
ਪੰਨੂ ਸਾਹਿਬ, ਇਸ ਤਰ੍ਹਾਂ ਹੈ ਕਿ ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਐਡਵਾਂਸਡ ਜੀਨੋਮਿਕਸ ਜਿਹੜੀ ਆਰਗੇਨਾਈਜੇਸ਼ਨ ਹੈ, ਹਾਂਜੀ, ਇਹਦੇ ਵਿੱਚ ਸਾਡਾ ਮੇਨ ਏਮ ਹੀ ਹੈ ਜਿਹੜੀ ਹੈ ਇਹ ਪ੍ਰੀਵੈਂਟਿਵ ਹੈਲਥ ਕੇਅਰ ਹੈ ਜੀ। ਪ੍ਰੀਵੈਂਟਿਵ ਹੈਲਥ ਕੇਅਰ ਕਿ ਬਿਮਾਰੀ ਲੱਗਣ ਤੋਂ ਪਹਿਲਾਂ ਹੀ ਅਸੀਂ ਉਸਦਾ ਇਲਾਜ ਕਰ ਲਈਏ, ਪਹਿਲਾਂ ਪਤਾ ਲਗਾਈਏ, ਫਿਰ ਉਹਨੂੰ ਉੱਥੇ ਹੀ ਖਤਮ ਕਰ ਦਈਏ ਬਿਮਾਰੀ ਨੂੰ। ਸੋ ਪ੍ਰੀਵੈਂਟਿਵ ਹੈਲਥ ਕੇਅਰ ਵਿੱਚ ਅਸੀਂ ਦੋ ਕਿਸਮ ਦੀਆਂ ਸਰਵਿਸਿਜ਼ ਸੇਵਾਵਾਂ ਦਿੰਦੇ ਹਾਂ, ਠੀਕ ਹੈ ਜੀ। ਨੰਬਰ ਇੱਕ ਅਸੀਂ ਟੈਸਟਿੰਗ ਕਰਦੇ ਹਾਂ, ਨੰਬਰ ਟੂ ਅਸੀਂ ਪ੍ਰੀਵੈਂਸ਼ਨ ਪ੍ਰੋਗਰਾਮਸ ਹੁੰਦੇ, ਟ੍ਰੀਟਮੈਂਟ ਕਰਦੇ ਹਾਂ, ਕੋਈ ਪਰਟੀਕੂਲਰ ਤਕਲੀਫ ਦਾ ਪਤਾ ਚੱਲਦਾ ਹੈ ਤੇ ਟ੍ਰੀਟਮੈਂਟ ਕਰਦੇ ਹਾਂ ਉਸ ਦਾ। ਸੋ ਟੈਸਟਿੰਗ ਵਿੱਚ ਅਸੀਂ ਕੀ ਕਰਦੇ ਹਾਂ, ਅਸੀਂ ਪਹਿਲਾਂ ਬਲੱਡ ਸੈਂਪਲ ਲੈ ਕੇ ਅਸੀਂ ਉਹਨਾਂ ਵਿੱਚੋਂ ਸੈੱਲ ਕੱਢ ਕੇ ਕਰਦੇ ਹੁੰਦੇ ਸੀਗੇ, ਜੀਨ ਕੱਢ ਲੈਂਦੇ ਸੀਗੇ। ਹੁਣ ਹੋਰ ਡਿਵੈਲਪਮੈਂਟ ਹੋ ਗਈ ਹੈ, ਹੁਣ ਕੀ ਕਰਦੇ ਹਾਂ ਅਸੀਂ ਸੈੱਲਸ ਵਿੱਚੋਂ ਥੁੱਕ ਦਾ ਸੈੱਲ ਲੈ ਲੈਂਦੇ, ਸਲਾਈਵਾ ਲੈ ਲੈਂਦੇ, ਉਹਦੇ ਵਿੱਚੋਂ ਸੈੱਲ ਕੱਢ ਲੈਂਦੇ, ਸੈੱਲਸ ਵਿੱਚੋਂ ਫਿਰ ਇਹ ਜੀਨਸ ਕੱਢਦੇ ਹਾਂ ਜੀ। ਇੱਕ ਸੈਂਪਲ ਵਿੱਚ 1 ਮਿਲੀਅਨ ਜੀਨਸ, 1 ਮਿਲੀਅਨ ਜੀਨਸ ਟੈਸਟ ਕਰਦੇ ਹਾਂ, ਠੀਕ ਹੈ ਜੀ। ਉਹਦੇ ਵਿੱਚ ਦੇਖਦੇ ਹਾਂ ਚੰਗੇ ਜੀਨਸ ਕਿੰਨੇ ਨੇ, ਬਿਮਾਰੀ ਵਾਲੇ ਜੀਨਸ ਕਿੰਨੇ ਨੇ, ਠੀਕ ਹੈ ਜੀ। 1 ਮਿਲੀਅਨ ਵਿੱਚ ਬਹੁਤ ਜ਼ਿਆਦਾ ਜੀਨਸ ਤੇ ਹੈਲਦੀ ਹੁੰਦੇ ਨੇ, ਥੋੜੇ ਸਾਰੇ ਬਿਮਾਰੀ ਵਾਲੇ ਵੀ ਮਿਲਦੇ ਨੇ। ਜਿਹੜੇ ਬਿਮਾਰੀ ਵਾਲੇ ਹੁੰਦੇ ਫਿਰ ਅਸੀਂ ਉਹਨਾਂ ਤੇ ਫੋਕਸ ਕਰਦੇ ਹਾਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਵੇ, ਕਿਸ ਤਰ੍ਹਾਂ ਉਹਨਾਂ ਨੂੰ ਫਿਕਸ ਕੀਤਾ ਜਾਵੇ ਜੀ। ਉਹਨਾਂ ਵਿੱਚ ਕੁਝ ਬਿਮਾਰੀ ਵਾਲੇ ਜੀਨਸ ਤਾਂ ਸਾਨੂੰ ਮਾਪੇ ਤੋਂ ਮਿਲੇ ਸੀਗੇ ਜੀ, ਤੇ ਕੁਝ ਅਸੀਂ ਹੁਣ ਇੱਥੇ ਆ ਕੇ ਸਾਡੀ ਇਨਵਾਇਰਮੈਂਟਲ ਐਕਸਪੋਜ਼ਰ, ਖਾਣਾ ਪੀਣਾ, ਲਾਈਫ ਸਟਾਈਲ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਉਹਨਾਂ ਨਾਲ ਚੇਂਜ ਹੋਏ ਨੇ ਜੀ। ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਜਿਹੜੇ ਖਰਾਬ ਜੀਨਸ ਨੇ ਉਹਨਾਂ ਨੂੰ ਫਿਕਸ ਕੀਤਾ ਜਾਵੇ। ਹਾਂਜੀ ਡਾਕਟਰ ਭਗਤ, ਮੈਂ ਇਹ ਪੁੱਛਣਾ ਚਾਹਾਂਗਾ ਕਿ ਜੇ ਕੱਲ੍ਹ ਮੰਨ ਲਓ ਜਿੱਦਾਂ ਅਸੀਂ ਕਹਿੰਦੇ ਹਾਂ ਕਿ ਰੇਡੀਏਸ਼ਨ ਦੀ ਐਕਸਪੋਜ਼ਰ ਹੁੰਦਾ, ਏਅਰਪੋਰਟਾਂ ਦੇ ਵਿੱਚੋਂ ਦੀ ਲੰਘੀ ਦਾ, ਆਪਣਾ ਪਲਾਸਟਿਕਸ ਦੀ ਕੰਜ਼ਮਪਸ਼ਨ ਵੱਧ ਗਈ ਹੈ, ਅਤੇ ਉਹਦੇ ਕਰਕੇ ਜਿੱਦਾਂ ਤੁਸੀਂ ਕਹਿੰਦੇ ਕਿ ਜੈਨੇਟਿਕ ਇੱਕ ਹਿਸਾਬ ਨਾਲ ਮਿਊਟੇਸ਼ਨ ਆ ਜਾਂਦੀ ਹੈ, ਤਾਂ ਕੀ ਅਸੀਂ ਮਿਊਟੇਸ਼ਨ ਨੂੰ ਜੇ ਸਾਨੂੰ ਮੰਨ ਲਓ ਪਤਾ ਲੱਗ ਜਾਂਦਾ ਹੈ ਕਿ ਹਾਂਜੀ ਜੀ ਇਹ ਸਾਡੀ ਮਿਊਟੇਸ਼ਨ ਆ ਗਈ ਹੈ, ਤਾਂ ਕੀ ਉਹਨੂੰ ਰਿਵਰਸ ਕੀਤਾ ਜਾ ਸਕਦਾ? ਹਾਂਜੀ, ਤੁਸੀਂ ਅਰਵਿੰਦਰ ਜੀ ਬਹੁਤ ਇੰਪੋਰਟੈਂਟ ਕੁਸ਼ਚਨ ਪੁੱਛਿਆ। ਇਸ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਜੀਨਸ ਤਾਂ ਤੁਹਾਡੇ ਵਿੱਚ ਪਾਏ ਗਏ ਨੇ ਕਿਸੇ ਪਰਟੀਕੂਲਰ ਤਕਲੀਫ ਦੇ ਜੀ, ਜੀਨਸ ਹੈਗੇ ਕਹਿ ਲਓ ਕਿ ਹਾਰਟ ਤਕਲੀਫ ਦੇ, ਐਕਸਪੋਜ਼ਰ ਦੇ, ਕਿਸੇ ਚੀਜ਼ ਦੇ ਨਾ ਜੀ। ਅਜੇ ਉਹਨਾਂ ਨੇ ਬਿਮਾਰੀ ਬਣਾਈ ਨਹੀਂ ਹੈ, ਆਪਣੀ ਬਿਮਾਰੀ ਨੂੰ ਬਣਾਉਣਾ ਮਤਲਬ ਐਕਸਪ੍ਰੈਸ ਨਹੀਂ ਆਪਣੇ ਆਪ ਨੂੰ ਕੀਤਾ, ਠੀਕ ਹੈ। ਕਹਿ ਲਓ ਕਿ ਇੱਕ ਜੰਗਲ ਵਿੱਚ ਕੋਈ ਸ਼ੇਰ ਹੈਗਾ ਜੀ, ਤਾਂ ਅਗਰ ਸ਼ੇਰ ਸੋਏ ਦਾ ਹੈ ਤਾਂ ਤੇ ਠੀਕ ਹੈ, ਲੇਕਿਨ ਜਾਗਣਾ ਨਹੀਂ ਚਾਹੀਦਾ, ਠੀਕ ਹੈ। ਬਿਮਾਰੀ ਵਾਲੇ ਜੀਨ ਤੁਹਾਡੇ ਵਿੱਚ ਹੈਗੇ, ਅਜੇ ਜਾਗੇ ਦੇ ਨਹੀਂ, ਅਜੇ ਬਿਮਾਰੀ ਨਹੀਂ ਬਣਾਈ ਦੀ, ਸੋ ਅਸੀਂ ਉਹਨਾਂ ਨੂੰ ਸਲੀਪਿੰਗ ਮੋਡ ਵਿੱਚ ਕਰ ਸਕਦੇ ਹਾਂ, ਠੀਕ ਹੈ, ਤਾਂ ਕਿ ਉਹ ਬਿਮਾਰੀ ਨੂੰ ਨਾ ਬਣਾਉਣ, ਠੀਕ ਹੈ। ਉਹ ਸਾਡੇ ਇੰਨੇ ਇਫੈਕਟਿਵ ਟ੍ਰੀਟਮੈਂਟਸ ਨੇ, ਅਸੀਂ ਉਹਨਾਂ ਨੂੰ ਪ੍ਰੀਵੈਂਸ਼ਨ ਪ੍ਰੋਗਰਾਮਸ ਕਹਿੰਦੇ ਹਾਂ, ਠੀਕ ਹੈ। ਸਾਡਾ ਰੋਲ ਹੀ ਉੱਥੇ ਆਉਂਦਾ ਹੈ ਕਿ ਕਿਹੜੀ ਬਿਮਾਰੀ ਦੇ ਜੀਨ ਤੁਹਾਡੇ ਵਿੱਚ ਪਾਏ ਗਏ ਤਾਂ ਕਿ ਉਹ ਬਿਮਾਰੀ ਨੂੰ ਨਹੀਂ ਬਣਾਉਣ, ਐਕਸਪ੍ਰੈਸ ਨਾ ਕਰਨ, ਸਾਡਾ ਉੱਥੇ ਮੇਨ ਰੋਲ ਹੁੰਦਾ। ਬਹੁਤ ਇਫੈਕਟਿਵ ਪ੍ਰੀਵੈਂਸ਼ਨ ਪ੍ਰੋਗਰਾਮਸ ਹੈਗੇ ਆ। ਡਾਕਟਰ ਨਿਸ਼ਾ ਜੀ, ਜਾਣਨਾ ਚਾਹੂੰਗਾ ਕਿ ਜੇਕਰ ਆਪਾਂ ਕਿਸੇ ਨੂੰ ਵੀ ਪੁੱਛਦੇ ਹਾਂ, ਕਿਸੇ ਦਾ ਗੋਡਾ ਦੁੱਖ ਰਿਹਾ, ਕਿਸੇ ਦਾ ਲੱਕ ਦੁੱਖ ਰਿਹਾ, ਕਿਸੇ ਦਾ ਸਿਰ ਦੁੱਖ ਰਿਹਾ, ਕਿਸੇ ਨੂੰ ਕੋਈ ਬਿਮਾਰੀ ਆ, ਕਿਸੇ ਨੂੰ ਕੋਈ ਬਿਮਾਰੀ ਆ, ਇਹ ਐਡੀ ਵਧੀਆ ਤੁਹਾਡੇ ਕੋਲ ਟੈਕਨੋਲੋਜੀ ਆ, ਲੇਕਿਨ ਫਿਰ ਵੀ ਲੋਕ ਇੰਨੇ ਸਾਰੇ ਬਿਮਾਰ ਹਨ, ਕੋਈ ਕਹਿੰਦੇ ਆ ਜੀ ਮੇਰੇ ਤੇ ਹੱਡੀ ਦੁਖਦੇ ਰਹਿੰਦੇ ਆ ਜੀ, ਤੇ ਇਸ ਬਾਰੇ ਲੋਕਾਂ ਨੂੰ ਗਿਆਨ ਨਹੀਂ ਗਾ, ਜਾਂ ਕੀ ਕਾਰਨ ਕੀ ਆ ਕਿ ਅਜੇ ਵੀ ਲੋਕ ਬਹੁਤ ਸਾਰੇ ਬਿਮਾਰ ਤੁਰੇ ਫਿਰ ਰਹੇ ਆ? ਇਸ ਤਰ੍ਹਾਂ ਹੁੰਦਾ ਕਿ ਜਿਸ ਤਰ੍ਹਾਂ ਟੈਕਨੋਲੋਜੀ ਹੈ, ਇਸ ਦਾ ਅਵੇਅਰਨੈਸ ਹੁੰਦੇ ਟਾਈਮ ਲੱਗਦਾ ਹੈ, ਕਿਉਂਕਿ ਇੱਕਦਮ ਕਿਸੇ ਮਾਈਂਡ ਨੂੰ ਵਾਸਤੇ ਤੁਸੀਂ ਚੇਂਜ ਨਹੀਂ ਕਰ ਸਕਦੇ। ਇਟ ਵਿਲ ਕੋਈ ਵੀ ਟੈਕਨੋਲੋਜੀ ਆਈ ਹੈ, ਜਦੋਂ ਪਹਿਲੇ ਆਯੁਰਵੈਦਿਕ ਸੀ, ਹੋਮਿਓਪੈਥਿਕ ਸੀ, ਫਿਰ ਐਲੋਪੈਥਿਕ ਆਈ ਹੈ, ਹੁਣ ਉਹ ਅੱਗੇ ਔਰ ਹੁਣ ਨੈਚੁਰਲਪੈਥਿਕ ਹੈ, ਜਾਂ ਹੋਰ ਸਾਇੰਸ ਹੁਣ ਆਉਂਦੀ ਪਈ ਹੈ, ਅਤੇ ਸਾਰਿਆਂ ਦੇ ਇੱਕਦਮ ਤੁਸੀਂ ਚੇਂਜ ਨਹੀਂ ਕਰ ਸਕਦੇ। ਯੂ ਕੈਨ ਨਾਟ ਚੇਂਜ ਦਾ ਹੋਲ ਵਰਲਡ, ਓਨਲੀ ਜਿਸ ਤਰ੍ਹਾਂ ਤੁਸੀਂ ਜਿੰਨੀ ਤੁਸੀਂ ਨੌਲੇਜ ਜਿਹੜੀ ਹੈ ਸਟਰੋਂਗ ਰਿਸਰਚ ਬੇਸਡ ਤੁਸੀਂ ਐਕਸਪੈਂਡ ਕਰੋਗੇ, ਲੋਕਾਂ ਨੂੰ ਜਲਦੀ ਸਮਝ ਆਓਗੀ। ਜਿਸ ਵੇਲੇ ਤੁਸੀਂ ਆਪਣੀ ਸਟਰੋਂਗ ਰਿਸਰਚ ਬੇਸਡ ਕਿਸੇ ਨੂੰ ਇਨਫੋਰਮੇਸ਼ਨ ਦਿਓਗੇ, ਤਾਂ ਉਹ ਉਹਨਾਂ ਦੀ ਮਤਲਬ ਸਮਝ ਵੀ ਆਉਂਦੀ ਹੈ। ਅਗਰ ਤੁਸੀਂ ਜਿਸ ਤਰ੍ਹਾਂ ਕਹਿੰਦੇ ਕਿ ਜੋਸ਼ੀ ਵਰਗੀ ਗੱਲਾਂ ਤੁਸੀਂ ਅਗਰ ਕਰਦੇ ਰਹੋ ਤਾਂ ਉਹ ਆਈਡੀਆ ਹੀ ਹੁੰਦੇ ਨੇ, ਇਟਸ ਨੋਟ। ਵਟ ਐਵਰ ਵੀ ਡੂ, ਇਟਸ ਅ ਟੋਟਲੀ ਵਿਦ ਅ ਗੁੱਡ ਫਾਊਂਡੇਸ਼ਨ ਵਿਦ ਅ ਸਟਰੋਂਗ ਰਿਸਰਚ ਬੈਕਗਰਾਊਂਡ। ਅੱਛਾ ਡਾਕਟਰ ਸਾਹਿਬ, ਨਿਸ਼ੇ ਦੱਸੋ, ਜੇਕਰ ਲੈਟਸ ਸੇ ਐਗਜ਼ਾਮਪਲ ਦੇ ਤੌਰ ਤੇ ਮੈਂ ਸਿੱਧੀ ਜੀ ਗੱਲ ਕਰਦਾ ਕਿ ਮੇਰਾ ਸਿਰ ਬਹੁਤ ਦੁਖ ਰਿਹਾ ਜੀ, ਤੇ ਮੈਂ ਤੁਹਾਡੇ ਕੋਲ ਜਾਂਦਾ ਜੀ, ਤੁਸੀਂ ਕੀ ਕਰੋਗੇ ਜੀ ਮੇਰਾ ਸਿਰ ਦੁਖਣ ਵਾਲ ਜਵੇ? ਹਾਂਜੀ ਬਿਲਕੁਲ, ਬਹੁਤ ਇੰਪੋਰਟੈਂਟ ਹੈ। ਮੈਂ ਤੁਹਾਨੂੰ ਦੱਸਾਂ ਕਿ ਇਹ ਜਿਹੜਾ ਸਿਰ ਦੁਖਣਾ, ਹੱਡ ਦੁਖਣੇ, ਜੋੜ ਦੁਖਣੇ, ਇਹ ਬਾਡੀ ਦੇ ਇੱਕ ਤੁਸੀਂ ਕੋਈ ਸਿਮਟਮ ਨੇ, ਬਾਡੀ ਤੁਹਾਨੂੰ ਦੱਸ ਰਹੀ ਹੈ ਕਿ ਆਈ ਐਮ ਨਾਟ ਹੈਪੀ, ਸਮਥਿੰਗ ਇਜ਼ ਰੋਂਗ ਗੋਇੰਗ ਇਨ ਮਾਈ ਬਾਡੀ। ਉਹ ਕੋਈ ਉਹਦੀ ਵਜ੍ਹਾ ਹੁੰਦੀ ਹੈ। ਅਗਰ ਸਿਰ ਦੁਖਦਾ ਹੈ ਤਾਂ ਸਿਰ ਦੁਖਣੇ ਦੇ ਵੀ 50 ਕਾਰਨ ਹੁੰਦੇ ਨੇ, ਹੈ ਨਾ, ਨਾਟ ਓਨਲੀ 1 ਕਾਰਨ ਹੈ। ਤਾਂ ਤੁਸੀਂ ਇਹ ਫਾਈਂਡ ਆਊਟ ਕਰਨਾ ਕਿ ਅਸੀਂ ਜਿਸੇ ਸਾਡੇ ਕੋਲ ਆਉਂਦੇ ਨੇ, ਜਿਸ ਵੇਲੇ ਦੱਸਦੇ ਨੇ ਕਿ ਸਿਰ ਦੁਖਦਾ, ਅਸੀਂ ਹੋਰ ਵੀ ਉਹਦੀ ਪੂਰੀ ਹਿਸਟਰੀ ਲੈਂਦੇ ਹਾਂ, ਇਟ ਇਜ਼ ਇਹਨੂੰ ਕਹਿੰਦੇ ਕੰਪਲੀਟ ਮੈਡੀਕਲ ਹਿਸਟਰੀ ਕਿ ਇਹ ਕਿੰਨੇ ਵਾਰੀ ਦੁਖਦਾ ਹੈ, ਜਾਂ ਥਰੋਬਿੰਗ ਪੇਨ ਹੁੰਦੀ ਹੈ, ਜਾਂ ਮਾਈਲਡ ਕੌਂਸਟੈਂਟਲੀ ਪੇਨ ਹੁੰਦੀ ਹੈ, ਜਾਂ ਕਿਹੜੇ ਬ੍ਰੇਨ ਦੇ ਕਿਸ ਪੋਰਸ਼ਨ 'ਚ ਹੁੰਦੀ ਹੈ, ਜਾਂ ਹਫ਼ਤੇ 'ਚ ਕਿੰਨੇ ਵਾਰੀ ਹੁੰਦੀ ਹੈ, ਅਤੇ ਸੋ ਮੈਨੀ ਥਿੰਗਸ ਕਿ ਤੁਸੀਂ ਹਿਸਟਰੀ ਪੂਰੀ ਲੈਂਦੇ ਹੋ ਕਿ ਸਿਰਫ ਸਿਰ ਦੁਖਦਾ ਨਹੀਂ। ਜਿਸ ਤਰ੍ਹਾਂ ਬਹੁਤ ਸਾਰੇ ਮੇਰੇ ਕੋਲ ਆਉਂਦੇ
एग्जैक्टली कि अंदर तुहानू की तकलीफ होंदी पई है, और दूसरा है कि कंप्लीट मेडिकल हिस्ट्री या कंप्लीट टेस्टिंग जिहड़ी है इस करके इंपॉर्टेंट है कि अंदर की वजह जानना कि क्यों होंदा पिया है। अगर सिर दुखना है अंदर तुहाडी बॉडी च की होंदा पिया या किस कारण सिर दर्द होंदी पई है, अगर जोड़ दर्द होंदी है कि किहड़ा अंदर दा बॉडी दा ऑर्गन है। ईवन कि साढ़े इत्थे बहुत सारे कहिंदे ने कि सानू इचिंग बहुत होंदी है, खाज बहुत होंदी है, तो इचिंग जिहड़ी होंदी उहदे वी कई कारण है ने। अगर मैं अगर वड्डे स्केल ते गल करां कि जिस तरह सानू ब्लड प्रैशर है, हुण ब्लड प्रैशर कोई बीमारी नहीं है, असीं कहिंदे मैनूं ब्लड प्रैशर हो गया, चार अगर बैठे दे ने चार कहिंदे मैनूं ब्लड प्रैशर है, ਤੁਸੀਂ ਬਿਲੀਵ ਕਰੋ ਚਾਰਾਂ ਨੂੰ ਕਾਰਨ ਡਿਫਰੈਂਟ ਹੋਏਗਾ। ਦੈਟ ਇਜ਼ ਕਿ ਇੰਟਰਨਲ ਤੁਹਾਡੇ ਕਿਸੇ ਨੇ ਕਿਸੇ ਆਰਗਨ 'ਚ ਕੋਈ ਪ੍ਰੋਬਲਮ ਹੁੰਦੀ ਪਈ ਹੈ, ਐਂਡ ਬਲੱਡ ਪ੍ਰੈਸ਼ਰ ਇਜ਼ ਦਾ ਜਸਟ ਇਨਫੋਰਮੇਸ਼ਨ। ਅੱਛਾ ਡਾਕਟਰ ਸਾਹਿਬ, ਇਹਦੇ 'ਚ ਇੱਕ ਸਵਾਲ ਨਿਕਲਦਾ ਹੈ ਕਿ ਜਦੋਂ ਕੋਈ ਸਰਵੇ 200-400 ਬੰਦੇ ਦਾ ਕੀਤਾ ਜਾਂਦਾ, ਉਹਦੇ 'ਤੇ ਦਵਾਈ ਇੱਕੋ ਤਰ੍ਹਾਂ ਦੀ ਬਣਾ ਦਿੱਤੀ ਜਾਂਦੀ ਹੈ ਅਤੇ ਉਹ ਸਾਰਿਆਂ 'ਚ ਵੰਡ ਦਿੱਤੀ ਜਾਂਦੀ ਹੈ ਜੀ? ਹਾਂਜੀ, ਜਿੱਦਾਂ ਕਹਿ ਦਿੰਦੇ ਘੋੜਾ ਖੋਤਾ ਸਾਰਿਆਂ ਨੂੰ ਇੱਕੋ ਹੀ ਬਣਾ ਦਿੱਤਾ ਜਾਂਦਾ ਜੀ। ਸੋ ਇਹਦੇ ਜਿਹੜੀ ਤੁਹਾਡੀ ਟੈਕਨੋਲੋਜੀ ਹੈ ਇਹ ਕਿਸ ਤਰ੍ਹਾਂ ਉਹਦੇ ਨਾਲ ਕੰਮ ਕਰਦੀ ਹੈ ਜਾਂ ਨਹੀਂ ਕਰਦੀ, ਤੁਹਾਡੀ ਵੱਖਰੀ ਹੈ? ਇਸ ਤਰ੍ਹਾਂ ਹੈ ਕਿ ਹੁਣ ਤੁਸੀਂ ਅੱਗੇ ਆਉਣ ਵਾਲੇ 5 ਜਾਂ 6 ਸਾਲ 'ਚ ਦੇਖੋ, ਦੇਰ ਵਿਲ ਬੀ ਬਿਗ ਚੇਂਜ ਇਨ ਮੈਡੀਕਲ ਸਾਇੰਸ ਵਿੱਚ, ਕਾਫੀ ਚੇਂਜਿਸ ਆਉਣਗੀਆਂ। ਕਸਟਮਾਈਜ਼ਡ ਮੈਡੀਸਨ ਹੋ ਜਾਏਗੀ? ਹਾਂ, ਪਰਸਨਲਾਈਜ਼ਡ ਮੈਡੀਸਨ, ਕਿਉਂਕਿ ਪਹਿਲੇ ਜਿਹੜੀ ਹੁੰਦੀ ਸੀ ਦੈਟ ਇਜ਼ ਸਿੰਪਟਮ ਬੇਸ, ਜਿੰਨੀਆਂ ਵੀ ਦਵਾਈਆਂ ਬਣੀਆਂ ਨੇ ਉਹ ਸਿੰਪਟਮ ਨੂੰ ਲੈ ਕੇ ਬਣੀਆਂ ਸੀ, ਉਹਦੇ ਉੱਤੇ ਕਲੀਨਿਕਲ ਟ੍ਰਾਇਲਸ ਹੁੰਦੇ ਸੀ, ਉਹਦੇ ਵਿੱਚ ਗਰੁੱਪ ਆਫ ਪੀਪਲ ਲੈਤੇ ਜਾਂਦੇ 500 ਕੋਲੋਂ 1000 ਜਾਂ ਉਹਦੇ ਕੋਲ ਵੀ ਜ਼ਿਆਦਾ, ਡਿਪੈਂਡਸ ਕਿ, ਔਰ 30 ਸਾਲ ਜਾਂ 25 ਸਾਲ ਕੋਲ ਲੈ ਕੇ 50 ਸਾਲ ਦੇ ਵਿੱਚ ਗਰੁੱਪ ਹੀ ਹੁੰਦਾ ਸੀ ਉਹ ਜਿਹਨਾਂ ਨੂੰ ਕਿ ਕਲੀਨਿਕਲ ਟ੍ਰਾਇਲ 'ਚ ਲੈਂਦੇ ਸੀ ਫੇਜ਼ 1 ਫੇਜ਼ 2 ਫੇਜ਼ 3 ਤੇ ਕਰਕੇ, ਤੋ ਉਹਦੇ ਬੇਸ 'ਤੇ ਫਿਰ ਮੈਡੀਸਨ ਪਾਸ ਹੋ ਜਾਂਦੇ ਅਤੇ ਦੈਨ ਮੈਡੀਸਨ ਜਿਹੜੀ ਹੈ ਉਹ ਅਪਰੂਵ ਹੁੰਦੀ ਸੀ ਔਰ FDA ਵਗੈਰਾ ਤੋਂ ਅਪਰੂਵ ਹੁੰਦੀ। ਹੁਣ ਜਿਹੜੀ ਹੈ ਹੁਣ ਪਰਸਨਲਾਈਜ਼ ਮੈਡੀਸਨ ਹੈ ਕਿ ਇਟ ਮੈਡੀਸਨ ਵਿਲ ਨਾਟ ਬੀ ਸਿਮਟਮ ਬੇਸ, ਇਟ ਸ਼ੁੱਡ ਬੀ ਜੈਨੇਟਿਕ ਬੇਸ। ਜਿਹੜੀ ਜੈਨੇਟਿਕ ਬੇਸ ਹੁੰਦੀ, ਕਿਉਂਕਿ ਹਰ ਇੱਕ ਦਾ ਜੈਨੇਟਿਕ ਮੇਕਅਪ ਡਿਫਰੈਂਟ ਹੈ, ਸੋ ਅੰਦਰ ਦੀ ਜੈਨੇਟਿਕ ਬੇਸ 'ਤੇ ਜਿਹੜੀਆਂ ਮੈਡੀਸਨਸ ਬਣਨਗੀਆਂ ਦੈਟ ਵਿਲ ਬੀ ਮੋਰ ਪਰਸਨਲਾਈਜ਼ਡ ਐਂਡ ਦੈਟ ਵਿਲ ਹੈਵ ਅ ਬਿਗ ਇੰਪੈਕਟ, ਔਰ ਜਿੱਥੇ ਪ੍ਰੋਬਲਮ ਹੈ ਉੱਥੇ ਹੀ ਹੋਏਗੀ ਔਰ ਇਹਦਾ ਜਲਦੀ ਠੀਕ ਹੋ ਜਾਏਗੀ, ਕਿਉਂਕਿ ਹਾਲੇ ਜਿਹੜੇ ਹੁੰਦੇ ਨੇ ਉਹ ਜੋ ਕੋਈ ਵੀ ਦਵਾਈ ਆ ਤੁਹਾਨੂੰ ਲੌਂਗ ਲਾਈਫ ਲੌਂਗ ਖਾਣੇ ਪੈਂਦੀ ਹੈ, ਕਿ ਬਲੱਡ ਪ੍ਰੈਸ਼ਰ ਦੀ ਗੋਲੀ ਸ਼ੁਰੂ ਹੋ ਗਈ ਖਾਂਦੇ ਰਹੋ ਸਾਰੀ ਉਮਰ, ਕੋਲੈਸਟ੍ਰੋਲ ਦੀ ਸ਼ੁਰੂ ਹੋ ਗਈ ਖਾਂਦੇ ਰਹੋ, ਨਹੀਂ। ਅਗਰ ਜੈਨੇਟਿਕ ਬੇਸ ਜਿਹੜੀ ਦਵਾਈਆਂ ਹਾਲੇ ਚੱਲਦੀ ਪਈ ਹੈ, ਰਿਸਰਚ ਚੱਲਦੀ ਪਈ ਹੈ, ਹਾਲੇ ਮਾਰਕੀਟ 'ਚ ਨਹੀਂ ਆਈਆਂ, ਬਟ ਹੁੰਦੇ ਕੁਛ ਦਵਾਈਆਂ ਆ ਗਈਆਂ ਜੈਨੇਟਿਕ ਆ ਗਈਆਂ ਮੈਡੀਸਨਸ ਜਿਹੜੀਆਂ ਮਾਰਕੀਟ 'ਚ, ਉਹ ਬਿਲਕੁਲ ਪਰਸਨਲਾਈਜ਼ ਹੋਣਗੇ, ਤੁਹਾਡੀ ਜਿੱਥੇ ਤਕਲੀਫ ਜਿੱਥੇ ਹੈ ਉਹ ਉੱਥੇ ਹੀ ਟਾਰਗੇਟ ਹੋਏਗਾ, ਔਰ ਦੂਸਰੀ ਵਧੀਆ ਗੱਲ ਹੋਏਗੀ ਉਹਦੇ ਸਾਈਡ ਇਫੈਕਟ ਨਹੀਂ ਹੋਣਗੇ। ਰਵਿੰਦਰ ਜੀ, ਹਾਂਜੀ, ਆਪਾਂ ਨੂੰ ਬਾਰ ਬਾਰ ਅੰਦਰੋਂ ਲਾਈਟ ਫਲੈਸ਼, ਹਾਂਜੀ ਨਹੀਂ, ਮੈਂ ਇੱਕ ਕੁਐਸਚਨ ਦੇ ਨਾਲ ਹੀ, ਇੱਕ ਤਾਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਮਾਰਜਨ ਆਫ ਐਰਰ ਕਿੰਨਾ ਕੁ ਹੈ, ਮਤਲਬ ਗਲਤੀ ਹੋਣ ਦਾ ਕਿੰਨੇ ਕੁ ਪਰਸੈਂਟੇਜ ਹੈ, ਵੀ ਹਾਂਜੀ ਐਕੂਰੇਟ ਹੁੰਦੇ ਰਿਜ਼ਲਟ, ਅਤੇ ਦੂਸਰਾ ਮੈਂ ਇਹ ਪੁੱਛਣਾ ਚਾਹਾਂਗਾ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਟ੍ਰੀਟਮੈਂਟ ਨੇ, ਕਿਉਂਕਿ ਪ੍ਰੀਵੈਂਟਿਵ ਮੈਡੀਸਨ ਹੈ, ਹਾਂਜੀ, ਅਤੇ ਇਹ ਕਿੰਨੇ ਕੁ ਐਕਸਪੈਂਸਿਵ ਨੇ, ਕੀ ਇੰਸ਼ੋਰੈਂਸ ਥੱਲੇ ਕਵਰ ਹੁੰਦੇ ਨੇ, ਜਾਂ ਇਹ ਬਿਲਕੁਲ, ਸੋ ਇਹਦੇ ਬਾਰੇ ਜਿਸ ਦਰਸ਼ਕਾਂ ਨਾਲ ਸਾਂਝ ਕਰਨੀ ਚਾਹੋ ਜੀ? ਤੁਸੀਂ ਉਹਨੇ ਕਰਨੇ ਜਾਂ ਬ੍ਰੇਕ ਦੇ ਬਾਅਦ? ਨਹੀਂ, ਅਸੀਂ ਅੱਛਾ, ਇੱਕ ਤਾਂ ਨੰਬਰ 1 ਤੁਹਾਡਾ ਕੁਐਸਚਨ ਹੈ ਕਿ ਮਾਰਜਿਨ ਆਫ ਐਰਰ ਕੀ ਹੈ। ਜਿਸ ਲਈ ਅਸੀਂ ਜੀਨੋਮਿਕ ਡਾਟਾ ਅਸੀਂ ਪ੍ਰੋਸੈਸ ਕਰਨੇ ਆ, ਉਹਦੇ ਵਿੱਚ ਇਹ 3-4 ਵਾਰੀ ਕੁਆਲਿਟੀ ਕੰਟਰੋਲ ਵਿੱਚ ਪਾਸ ਆਨ ਹੁੰਦਾ ਹੈ, ਠੀਕ ਹੈ, ਔਰ ਜਿਸ ਤਰ੍ਹਾਂ ਉਹਨੂੰ ਕਹਿੰਦੇ 0.005 ਪ੍ਰੋਬੇਬਿਲਿਟੀ, ਉਹ ਉਹ ਰੱਖਣੇ ਆ ਕਿ 0.005, ਸੋਚੋ ਕਿ 1 ਵੀ ਨਹੀਂ ਹੈ, 0.05 ਵੈਲਿਊ ਹੈ ਇਹਦੇ ਅੰਦਰ ਹੁੰਦਾ, ਔਰ ਕੁਆਲਿਟੀ ਕੰਟਰੋਲ ਉਸ ਮਤਲਬ ਡਾਟਾ ਜਿਹੜਾ ਜਿਸਲੇ DNA ਅਸੀਂ ਆਈਸੋਲੇਸ਼ਨ ਕਰਨੇ ਆ, DNA ਕੱਢਣੇ ਆ, ਉਸਲੇ ਕੁਆਲਿਟੀ ਕੰਟਰੋਲ 'ਚ ਜਾਂਦਾ ਹੈ, ਅਤੇ ਉਹ ਡਾਟਾ ਅੱਗੇ ਪ੍ਰੋਸੈਸ ਹੀ ਨਹੀਂ ਹੁੰਦਾ ਜਿਸਲੇ ਉਹ ਕੁਆਲਿਟੀ ਕੰਟਰੋਲ ਵਿੱਚੋਂ ਪਾਸ ਨਹੀਂ ਹੋਇਆ, ਫਿਰ ਜਿਸਲੇ ਉਹਦੀ ਸਲਾਈਡਸ ਹੁੰਦੀਆਂ ਉਹ ਵੀ ਕੁਆਲਿਟੀ ਕੰਟਰੋਲ 'ਚ ਪਾਸ ਹੁੰਦੀਆਂ ਨੇ, ਜਿਸਲੇ ਟੈਸਟਿੰਗ ਹੁੰਦੀ ਹੈ ਉਸਲੇ ਵੀ ਰਿਜ਼ਲਟ ਜਿਹੜੇ ਕੰਪਿਊਟਰ 'ਚ ਸਕੈਨ ਹੀ ਨਹੀਂ ਹੁੰਦੇ ਜਿੰਨੇ ਤੱਕ ਕਿ ਕੰਪਿਊਟਰ ਬਲੌਕ ਹੋ ਜਾਂਦੇ, ਜਿੰਨੇ ਤੱਕ ਕਿ ਸਾਰੇ ਉਹ ਕੁਆਲਿਟੀ 'ਚ, ਸੋ ਉਸਦੇ ਬਾਅਦ ਜਿਹੜਾ ਡਾਟਾ ਐਨਾਲਿਸਿਸ ਹੁੰਦਾ ਉਸਦੇ ਬਾਅਦ ਅਗੇਨ ਕੁਆਲਿਟੀ ਕੰਟਰੋਲ 'ਚ ਹੁੰਦਾ, ਕਿ ਡਾਟਾ ਐਨਾਲਿਸਿਸ ਜਿਹੜਾ ਹੁੰਦਾ ਜਿਸਲੇ ਅਸੀਂ ਫਿਲਟਰ ਕਰਨੇ ਆ ਜੀਨਸ, ਅਤੇ ਉਹ ਬੈਕਗਰਾਊਂਡ ਜਿਹੜੀ ਹੁੰਦੀ ਹੈ ਬੈਕਗਰਾਊਂਡ ਨੂੰ ਮਾਈਨਸ ਕਰਕੇ ਜਿੰਨੇ ਜੀਨਸ ਐਕਸਪ੍ਰੈਸ ਹੁੰਦੇ ਨੇ ਜਾਂ ਜਿਹੜੀ ਜੈਨੇਟਿਕ ਵੇਰੀਏਸ਼ਨਸ ਆਉਂਦੀਆਂ ਨੇ ਉਹਨਾਂ ਨੂੰ ਹੀ ਅੱਗੇ ਪ੍ਰੋਸੀਡ ਕਰਨੇ ਆ। ਸੋ ਦੇਰ ਆਰ ਸੋ ਮੈਨੀ ਸਟੈਪਸ ਕਿ ਕੁਆਲਿਟੀ ਕੰਟਰੋਲ ਪਾਸ, ਜਿਹੜੇ ਕੁਆਲਿਟੀ ਕੰਟਰੋਲ ਪਾਸ ਨਹੀਂ ਹੁੰਦੇ ਉਹ ਪਹਿਲੇ ਹੀ ਉਹਨਾਂ ਨੂੰ ਰਿਜੈਕਟ ਕਰਦੇ। ਵੈਰੀ ਐਕੂਰੇਟ। ਓਕੇ ਜੀ, ਆਪਾਂ ਨੂੰ ਇਸ਼ਾਰਾ ਹੋ ਰਿਹਾ ਹੈ ਕਿ ਸਮਾਂ ਆਪਾਂ ਨੂੰ ਅੱਗੇ ਨਹੀਂ ਦਿੰਦਾ, ਕਿਉਂਕਿ ਆਪਾਂ ਇੰਡੀਆ ਵੀ ਜੋੜਨਾ ਹੈ, ਅਤੇ ਲੇਕਿਨ ਇਸ ਵੇਲੇ ਡਾਕਟਰ ਭਗਤ ਜੀ ਅਤੇ ਡਾਕਟਰ ਨਿਸ਼ਾ ਜੀ ਸਾਡੇ ਸਟੂਡੀਓ ਦੇ ਵਿੱਚ, ਜਿਹੜੀ ਕਿ ਬਹੁਤ ਇੰਪੋਰਟੈਂਟ ਵਿਸ਼ੇ 'ਤੇ ਅਸੀਂ ਗੱਲ ਕਰ ਰਹੇ ਹਾਂ, ਲੇਕਿਨ ਦੂਜੇ ਬੰਨੇ ਵੀ ਜਿਹੜਾ ਕਿ ਭਾਰਤ ਦੀ ਰਾਜਨੀਤੀ ਜਾਂ ਖਬਰਾਂ, ਉਹ ਵੀ ਬਹੁਤ ਇੰਪੋਰਟੈਂਟ ਜੀ।
ਰੱਖਦੀਆਂ ਹਨ। ਸੋ ਆਪਾਂ ਕਿਉਂ ਨਾ ਇਹਨਾਂ ਡਾਕਟਰ ਸਾਹਿਬ ਨੂੰ ਹਰ ਹਫ਼ਤੇ ਕੋਈ ਨਾ ਕੋਈ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਐਟਲੀਸਟ ਇੱਕ ਘੰਟੇ ਦਾ ਹੋਵੇ ਔਰ ਲਾਈਵ ਹੋਵੇ ਅਤੇ ਆਪਣੇ ਦਰਸ਼ਕ ਵੀ ਸਵਾਲ ਕਰ ਸਕਿਆ ਕਰ। ਆਪਾਂ ਨੈਕਸਟ ਵੀਕ ਤੋਂ ਤੁਹਾਡੇ ਕੋਲੋਂ ਆਗਿਆ ਲਵਾਂਗੇ ਜੀ, ਜਿਹੜਾ ਵੀ ਦਿਨ ਫਿਕਸ ਕਰ ਸਕਦੇ ਹੋਏ ਤੁਹਾਡੇ ਨਾਲ ਅਤੇ ਦਰਸ਼ਕਾਂ ਨਾਲ ਅਸੀਂ ਵਾਅਦਾ ਕਰਦੇ ਹਾਂ, ਕਿਉਂਕਿ ਇਸ ਵਿਸ਼ੇ 'ਤੇ ਤੁਹਾਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਜੀ। ਮੈਂ ਤੁਹਾਨੂੰ ਕਿੰਨਾ ਕੁ ਪਰਸੈਂਟੇਜ ਦੱਸਾਂ ਉਹ ਕੋਈ ਵੀ ਨਹੀਂ ਦੱਸੀ ਜਾ ਸਕਦੀ, ਕਿਉਂਕਿ ਇੰਨੀ ਜ਼ਰੂਰੀ ਹੈ ਇਹ ਜਾਣਕਾਰੀ ਜੀ। ਮੈਡੀਕਲ ਇਸ਼ੂਜ਼ ਜਿਹੜੇ ਨੇ ਆਪਣੀ ਕਮਿਊਨਿਟੀ ਦੇ ਵਿੱਚ ਉੱਦਾਂ ਵੀ ਜ਼ਿਆਦਾ ਨੇ ਤਾਂ ਜ਼ਿਆਦਾ, ਹਾਂਜੀ। ਨਾਲੇ ਐਡਵਾਂਸ ਟੈਕਨੋਲੋਜੀ ਦੀ ਗੱਲ ਕੀਤੀ ਜਾ ਰਹੀ ਹੈ ਮੈਡੀਕਲੀ, ਜਿਹੜਾ ਕਿ ਇਕੱਲੇ ਇਕੱਲੇ ਨੂੰ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਆਉਣ ਵਾਲਾ ਟਾਈਮ ਅਜਿਹਾ ਹੋਏਗਾ ਕਿ ਇਕੱਲੇ ਇਕੱਲੇ ਲਈ ਦਵਾਈ ਵੱਖੋ ਵੱਖਰੀ ਹੋਇਆ ਕਰੇਗੀ। ਸੋ ਲਓ ਇਸ ਦੇ ਨਾਲ ਹੀ ਅਸੀਂ ਅੱਗੇ ਚਾਹੁੰਦੇ ਹਾਂ, ਮੈਂ ਅੱਗੇ ਚਾਹੂੰਗਾ ਡਾਕਟਰ ਸਾਹਿਬ ਤੋਂ, ਔਰ ਤੁਸੀਂ ਅਰਵਿੰਦਰ ਜੀ ਬਣੇ ਰਹੋਗੇ।